ਆ ਚੁੱਕੇ ਨੇ ਪ੍ਰੋਗਰਾਮ ਤੁਸੀਂ ਲਾਈਵ ਦੇਖ ਰਹੇ ਹੋ ਕੇਵਲ ਨੈਟਵਰਕ ਦੇ ਨਾਲ ਨਾਲ ਸੋਸ਼ਲ ਮੀਡੀਆ ਉੱਤੇ ਵੀ ਹਮਦਰਦ ਮੀਡੀਆ ਗਰੁੱਪ ਫੇਸਬੁੱਕ ਪੇਜ ਤੇ YouTube ਤੇ ਜਾਓਗੇ ਤਾਂ ਹਮਦਰਦ ਟੀਵੀ ਨੂੰ ਸਬਸਕ੍ਰਾਈਬ ਕਰ ਲਿਓ। ਇਸ ਪ੍ਰੋਗਰਾਮ ਦੇ ਤੁਹਾਨੂੰ ਪਤਾ ਹੈ ਕਿ ਸ਼ੁੱਕਰਵਾਰ ਦੇ ਦਿਨ ਸਾਡੇ ਨਾਲ ਹੁੰਦੇ ਨੇ ਸੀਨੀਅਰ ਐਡਵੋਕੇਟ ਸੁਨੀਲ ਮੱਲਨ ਜੀ, ਮਤਲਬ ਕਿ ਸ਼ੁੱਕਰਵਾਰ ਦੀ ਸ਼ਾਮ ਸੀਨੀਅਰ ਐਡਵੋਕੇਟ ਸੁਨੀਲ ਮੱਲਨ ਜੀ ਦੇ ਨਾਮ ਸਭ ਤੋਂ ਪਹਿਲਾਂ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ। ਮੱਲਨ ਸਾਹਿਬ, ਨਿੱਘਾ ਸਵਾਗਤ ਹੈ ਤੁਹਾਡਾ ਹਮਦਰਦ ਟੀਵੀ ਤੇ। ਤੁਹਾਡਾ ਵੀ ਜਨਾਬ ਔਰ ਸਾਰੇ ਦਰਸ਼ਕਾਂ ਦਾ ਵੀ ਜੀ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜਨਾਬ ਨਵੇਂ ਸਾਲ ਦੀ ਵਧਾਈ ਜੀ। ਸੋ ਮੈਂ ਆਪਣੇ ਦਰਸ਼ਕਾਂ ਨੂੰ ਦੱਸਦਾ ਕਿ ਤੁਹਾਨੂੰ ਪਤਾ ਕਿ ਸ਼ੁੱਕਰਵਾਰ ਦੇ ਦਿਨ ਮੱਲਨ ਸਾਹਿਬ ਤੋਂ ਅਸੀਂ ਜਿਹੜੇ ਕੇਸ ਹੁੰਦੇ ਨੇ ਵਿਆਹ ਸ਼ਾਦੀਆਂ ਦੇ, ਇਮੀਗ੍ਰੇਸ਼ਨ ਦੇ, ਧੋਖਾਧੜੀ ਦੇ ਕੇਸ, ਹੋਰ ਅਪਰਾਧ ਦੇ ਕੇਸ, ਉਹਨਾਂ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ। ਤੁਸੀਂ ਵੀ ਬਿਲਕੁਲ ਮੁਫਤ ਜਾਣਕਾਰੀ ਉਹਨਾਂ ਤੋਂ ਲੈਂਦੇ ਹੁੰਦੇ ਹੋ, ਅੱਜ ਵੀ ਤੁਸੀਂ ਬਿਲਕੁਲ ਮੁਫਤ ਜਾਣਕਾਰੀ ਲੈ ਸਕਦੇ ਹੋ, ਸਲਾਹ ਲੈ ਸਕਦੇ ਹੋ, ਕਾਨੂੰਨੀ ਸਲਾਹ ਕੇਸਾਂ ਦੇ ਵਿੱਚ, ਕਾਨੂੰਨੀ ਸਲਾਹ ਕਿਸੇ ਤਰ੍ਹਾਂ ਦੀ ਵੀ ਚਾਹੀ ਹੋਵੇ, ਕੇਸ ਭਾਵੇਂ ਕੋਈ ਵੀ ਹੋਵੇ। ਪਰ ਅੱਜ ਅਸੀਂ ਖਾਸ ਤੌਰ 'ਤੇ ਪ੍ਰੋਗਰਾਮ ਦੀ ਸ਼ੁਰੂਆਤ ਇਸ ਕਰਕੇ ਇੱਕ ਨਵੇਂ ਮੁੱਦੇ 'ਤੇ ਵੀ ਕਰਾਂਗੇ ਕਿਉਂਕਿ ਅੱਜ ਜਿਹੜੀ ਕੇਂਦਰ 'ਤੇ ਕਿਸਾਨਾਂ ਵਿਚਾਲੇ ਬੈਠਕ ਸੀਗੀ ਉਸ ਦੇ ਵਿੱਚ ਇੱਕ ਗੱਲ ਜ਼ਰੂਰ ਨਿਕਲ ਕੇ ਆਈ ਹੈ। ਕੇਂਦਰ ਸਰਕਾਰ ਨੇ ਕਿਸਾਨ ਜਥੇਬੰਦੀਆਂ ਅੱਗੇ ਪ੍ਰਸਤਾਵ ਰੱਖਿਆ ਕਿ ਇਹ ਮਸਲਾ ਆਪਾਂ ਤਿੰਨਾਂ ਖੇਤੀ ਕਾਨੂੰਨਾਂ ਦਾ ਮਸਲਾ ਆਪਾਂ ਸੁਪਰੀਮ ਕੋਰਟ ਦੇ ਉੱਤੇ ਛੱਡ ਦਿੰਦੇ ਹਾਂ। ਕਿਸਾਨ ਆਗੂਆਂ ਨੇ ਇਹ ਪ੍ਰਸਤਾਵ ਠੁਕਰਾ ਦਿੱਤਾ ਹੈ। ਸੁਨੀਲ ਮੱਲਨ ਜੀ ਸੀਨੀਅਰ ਐਡਵੋਕੇਟ ਨੇ, ਉਹਨਾਂ ਨਾਲ ਇਸ ਮੁੱਦੇ ਉੱਤੇ ਵੀ ਗੱਲ ਕਰ ਲੈਂਦੇ ਹਾਂ ਕਿ ਸੁਪਰੀਮ ਕੋਰਟ ਵਿੱਚ ਕਿਉਂ ਜਾਣਾ ਚਾਹੁੰਦੀ ਹੈ ਕੇਂਦਰ ਸਰਕਾਰ ਅਤੇ ਸੁਪਰੀਮ ਕੋਰਟ ਕੀ ਇਸ ਮਸਲੇ ਦਾ ਹੱਲ ਕੱਢ ਸਕੇਗੀ, ਅਤੇ ਹੋਰ ਵੀ ਜਿਹੜੇ ਮੁੱਦੇ ਹੈਗੇ ਨੇ ਨਾਲ ਦੀ ਨਾਲ ਅਸੀਂ ਉਹ ਵੀ ਵਿਚਾਰਾਂਗੇ। ਤੁਹਾਨੂੰ ਇੱਕ ਵਾਰ ਦੁਬਾਰਾ ਦੱਸਦਾ, ਪ੍ਰੋਗਰਾਮ ਤੁਸੀਂ ਲਾਈਵ ਦੇਖ ਰਹੇ ਹੋ, ਸਕਰੀਨ ਦੇ ਉੱਤੇ ਜਿਹੜੇ ਨੰਬਰ ਚੱਲ ਰਹੇ ਨੇ ਉਸ ਉੱਤੇ ਕਾਲ ਕਰਕੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੇਸ ਹੈਗਾ, ਵਿਆਹ ਸ਼ਾਦੀ ਦਾ ਕੇਸ ਹੈ, ਲੜਾਈ ਝਗੜੇ ਦਾ ਕੇਸ ਹੈ, ਜ਼ਮੀਨ ਜਾਇਦਾਦ ਦਾ ਕੇਸ ਹੈ, ਅਤੇ ਜੇ ਪ੍ਰੋਪਰਟੀ ਉੱਤੇ ਕਬਜ਼ਾ ਕੀਤਾ ਹੋਇਆ ਕਿਸੇ ਨੇ, ਉਹ ਛੱਡ ਨਹੀਂ ਰਿਹਾ ਤਾਂ ਉਸਨੂੰ ਕਿਵੇਂ ਛੁਡਵਾਉਣਾ ਹੈਗਾ, ਉਸ ਬਾਰੇ ਤੁਸੀਂ ਕੋਈ ਵੀ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ, ਸਕਰੀਨ ਦੇ ਉੱਤੇ ਨੰਬਰ ਚੱਲ ਰਹੇ ਉਸ ਉੱਤੇ ਕਾਲ ਕਰਕੇ ਬਿਲਕੁਲ ਤੁਸੀਂ ਮੁਫਤ ਜਿਹੜੀ ਜਾਣਕਾਰੀ ਹੈਗੀ ਹੈ ਸਲਾਹ ਲੈ ਸਕਦੇ ਹੋ। ਮੱਲਨ ਸਾਹਿਬ, ਅੱਜ ਆਪਣੇ ਆਪ 'ਚ ਇੱਕ ਵੱਡਾ ਦਿਨ, ਕੇਂਦਰ ਸਰਕਾਰ ਨੇ ਕਿਸਾਨ ਜਥੇਬੰਦੀਆਂ ਦੇ ਅੱਗੇ ਪ੍ਰਸਤਾਵ ਰੱਖਤਾ ਤਿੰਨੇ ਖੇਤੀ ਕਾਨੂੰਨਾਂ ਦਾ ਜਿਹੜਾ ਮਸਲਾ ਹੈਗਾ ਉਹ ਆਪਾਂ ਸੁਪਰੀਮ ਕੋਰਟ ਲੈ ਚੱਲਦੇ ਹਾਂ, ਸੁਪਰੀਮ ਕੋਰਟ ਜੋ ਮਸਲੇ ਦਾ ਹੱਲ ਕੱਢੇਗੀ ਆਪਾਂ ਦੇਖ ਲਵਾਂਗੇ, ਪਰ ਕਿਸਾਨ ਜਥੇਬੰਦੀਆਂ ਨੇ ਇਹ ਪ੍ਰਸਤਾਵ ਜਿਹੜਾ ਹੈਗਾ ਠੁਕਰਾ ਦਿੱਤਾ ਹੈ। ਤੁਸੀਂ ਸੀਨੀਅਰ ਐਡਵੋਕੇਟ ਹੈਗੇ ਹੋ, ਮੈਂ ਤੁਹਾਡੇ ਤੋਂ ਵੀ ਜਾਣਨਾ ਚਾਹੁੰਦਾ ਸੁਪਰੀਮ ਕੋਰਟ ਬਾਰੇ ਤੁਹਾਡਾ ਕੀ ਕਹਿਣਾ ਹੈਗਾ, ਕਿਉਂ ਲਿਜਾਣਾ ਚਾਹੁੰਦੀ ਹੈ ਕੇਂਦਰ ਸਰਕਾਰ ਤਿੰਨਾਂ ਖੇਤੀ ਕਾਨੂੰਨਾਂ ਨੂੰ ਸੁਪਰੀਮ ਕੋਰਟ ਦੇ ਵਿੱਚ? ਅਮਨ ਜੀ, ਮੈਂ ਬੜੇ ਸਾਫ਼ ਸ਼ਬਦਾਂ 'ਚ ਕਹਿਣਾ ਕਿ ਲੋਲੀਪੋਪ ਦੇਣ ਦਾ ਨਵਾਂ ਤਰੀਕਾ ਲੱਭ ਲਿਆ ਸਰਕਾਰ ਨੇ। ਦੇਖੋ, ਮੇਰੇ ਕੋਲ ਕਾਬਲੀਅਤ ਹੈ ਕਿ ਮੈਂ ਕਿਸੇ ਨੂੰ ਲੀਗਲ ਨੋਟਿਸ ਪਾ ਸਕਦਾ, ਤੇ ਜੇ ਮੈਂ ਕੋਈ ਮੇਰੇ ਕੋਲ ਆਵੇ ਤੇ ਮੈਂ ਕਹਾਂ ਆ ਤੈਨੂੰ ਮੈਂ ਫਲਾਣੇ ਵਕੀਲ ਸਾਹਿਬ ਕੋਲ ਲੈ ਜਾਂਦਾ, ਉਹ ਲੀਗਲ ਨੋਟਿਸ ਪਾ ਦੇਣਗੇ, ਇਹਦਾ ਮਤਲਬ ਇਹ ਹੈ ਕਿ ਮੈਂ ਕੰਮ ਨਹੀਂ ਕਰਨਾ ਚਾਹੁੰਦਾ, ਮੇਰੀ ਨੀਤ ਖਰਾਬ। ਦੇਰ ਇਜ਼ ਪ੍ਰੋਪਰ ਪਾਵਰ ਟੂ ਦਾ ਪਾਰਲੀਮੈਂਟ, ਜੇ ਕੋਈ ਕਾਨੂੰਨ ਬਣਾਇਆ ਹੈ ਤੇ ਪਬਲਿਕਲੀ ਬਣਾਇਆ, ਪਬਲਿਕ ਦੇ ਜਿੰਨੇ ਵੀ ਮੰਤਰੀ ਨੇ ਸਾਡੇ ਤੇ ਪਬਲਿਕ ਦੇ ਨੁਮਾਇੰਦੇ ਨੇ, ਅਸੀਂ ਇਹਨਾਂ ਨੂੰ ਵੋਟਾਂ ਚੁਣ ਕੇ ਭੇਜਿਆ, ਮੀਨਸ ਫੋਰ ਦਾ ਪੀਪਲ ਬਾਏ ਦਾ ਪੀਪਲ। ਜਦੋਂ ਕੰਸਟੀਟਿਊਸ਼ਨਲ ਮੁਤਾਬਕ ਵੀ ਚੱਲੀਏ ਤੇ ਅਸੀਂ ਬੈਠੇ ਹਾਂ ਪਾਰਲੀਮੈਂਟ, ਅਸੀਂ ਉਹ ਕਾਨੂੰਨ ਨਹੀਂ ਚਾਹੁੰਦੇ ਤੇ ਪਾਰਲੀਮੈਂਟ ਕੋਲ ਖਤਮ ਕਰਨ ਦੀ, ਖਾਰਜ ਕਰਨ ਦੀ, ਉਹ ਸੁਪਰੀਮ ਕੋਰਟ ਤੋਂ ਕਿਉਂ ਲਿਜਾਣਾ ਚਾਹੁੰਦੀ? ਜਾਂ ਤੇ ਆਪਣੀ ਹੈਂਕੜ ਹੈ ਕਿ ਮੇਰੀ ਈਗੋ ਹੋ ਜਾਏਗੀ ਵੀ ਮੈਂ ਨੀ ਰੱਦ ਕੀਤੇ, ਸੁਪਰੀਮ ਕੋਰਟ ਨੇ ਕਰਤੇ, ਮੰਨ ਲਓ। ਜਾਂ ਜਿਵੇਂ ਸਾਡੇ ਪਿਛਲੇ ਮਾਨਯੋਗ ਚੀਫ ਜਸਟਿਸ ਸਾਹਿਬ ਰਿਟਾਇਰਮੈਂਟ ਤੋਂ ਬਾਅਦ ਰਾਜ ਸਭਾ ਦੇ ਮੈਂਬਰ ਬਣਾ ਲਏ, ਜੋ ਕਿ ਵਿਵਾਦ ਦਾ ਮੁੱਦਾ ਬਣਿਆ ਰਿਹਾ, ਤੇ ਜਾਂ ਕੁਛ ਹੋਰ ਅੰਦਰ ਸ਼ਰਾਰਤਾਂ ਕਰਨੀਆਂ ਚਾਹੁੰਦੇ ਨੇ। ਬਾਕੀ ਸੁਪਰੀਮ ਕੋਰਟ ਕੋਲ ਪੂਰੀ ਪਾਵਰ ਹੈ ਇਹਨੂੰ ਰੱਦ ਕਰਨ ਦੀ, ਪਰ ਸੁਪਰੀਮ ਕੋਰਟ ਕਦੀ ਵੀ ਪਹਿਲਾਂ ਡਾਇਰੈਕਟ ਰੱਦ ਨਹੀਂ ਕਰੇਗੀ, ਉਹ ਸਟੇਟ ਜਾਂ ਸੈਂਟਰ ਨੂੰ ਕਹਿੰਦੀ ਹੈ, ਨਹੀਂ ਤਾਂ ਆਰਟੀਕਲ 58 ਡਾਇਰੈਕਟਿਵ ਪ੍ਰਿੰਸੀਪਲ ਦੇ ਉੱਤੇ ਜੇ ਮੈਂ ਗੱਲ ਕਰਾਂ, ਉਹਦੇ ਤੇ ਉਹਨਾਂ ਕੋਲ ਆਰਡਰ ਕਰਨ ਦੀ ਪਾਵਰ ਹੈ। ਸੈਕਿੰਡ ਆਰਟੀਕਲ 13 ਅਲਟਰਾ ਵਾਇਰਸ, ਉਹ ਸਿੱਧੇ ਤੌਰ ਤੇ ਵੀ ਕਿਸੇ ਕਾਨੂੰਨ ਨੂੰ ਰੱਦ ਕਰਨ ਦੀ ਪਾਵਰ ਰੱਖਦੀ ਹੈ, ਬਟ ਸੈਂਟਰਲ ਜਿਹੜੀ ਪ੍ਰਾਵਧਾਨ ਦੇ ਰਹੀ ਹੈ, ਆਪਸ਼ਨ ਦੇ ਰਹੀ ਹੈ ਕਿ ਆਪਾਂ ਸੁਪਰੀਮ ਕੋਰਟ ਜਾਈਏ, ਪਹਿਲਾਂ ਸੈਂਟਰਲ ਗਵਰਨਮੈਂਟ ਨੂੰ ਪੁੱਛੋ ਕਿਆ ਤੁਹਾਡੇ ਕੋਲ ਇਹ ਕਾਬਲੀਅਤ ਨਹੀਂ ਕਿ ਤੁਸੀਂ ਰੱਦ ਕਰ ਸਕੋ, ਜਿਨ੍ਹਾਂ ਕੋਲ ਹੈਗੀ ਹੈ ਪਾਵਰ ਤੇ ਕਿਉਂ ਉਹ ਭਾਂਡਾ ਕਿਤੇ ਹੋਰ ਫੋੜਨਾ ਚਾਹੁੰਦੇ ਹੈ। ਇਹ ਸਿਰਫ ਜਾਂ ਤੇ ਦਿਲ ਚ ਕੋਈ ਪਾਪ ਹੈ, ਕੋਈ ਧੋਖਾ ਹੈ, ਕੋਈ ਹੋਰ ਚੀਜ਼ ਹੈ, ਸ਼ਰਾਰਤ ਹੈ, ਉਹਦੇ ਉੱਤੇ ਗੱਲ ਕੀਤੀ ਜਾ ਰਹੀ ਹੈ। ਜੀ ਜੀ, ਸੈਂਟਰਲ ਗਵਰਨਮੈਂਟ ਕਦੀ ਦਿੰਦੀ ਕਿ ਸਾਨੂੰ ਪਤਾ ਹੀ ਨਹੀਂ ਕਿ ਕਿਸਾਨਾਂ ਦਾ ਰੌਲਾ ਚੱਲ ਰਿਹਾ ਹੈ। ਮੱਲਨ ਸਾਹਿਬ, ਜੇ ਸੁਪਰੀਮ ਕੋਰਟ ਦੇ ਵਿੱਚ ਕੇਸ ਚਲਾ ਵੀ ਜਾਂਦਾ, ਕੀ ਉਮੀਦ ਕਰ ਸਕਦੇ ਹਾਂ ਕਿ ਸੁਪਰੀਮ ਕੋਰਟ ਦੇ ਵਿੱਚੋਂ ਕਿਸਾਨਾਂ ਨੂੰ ਇਨਸਾਫ਼ ਮਿਲੇਗਾ? ਸਰ, ਮੈਂ ਤੇ ਜ਼ਰੂਰ ਕਹਾਂਗਾ ਕਿ ਸੁਪਰੀਮ ਕੋਰਟ ਚੋਂ ਕਿਸਾਨਾਂ ਨੂੰ ਇਨਸਾਫ਼ ਮਿਲ ਸਕਦਾ, ਪਰ ਜਿੱਡੇ ਵੱਡੇ ਲੈਵਲ ਤੇ ਸ਼ਰਾਰਤਾਂ ਚੱਲ ਰਹੀਆਂ, ਕਿਤੇ ਕਿਤੇ ਮੈਨੂੰ ਸੈਂਟਰਲ ਗਵਰਨਮੈਂਟ ਦੇ ਸ਼ਰਾਰਤਾਂ ਦੀ ਉੱਤੇ ਕੁਛ ਖਰਾਬੀ ਦੀ ਬਦਬੂ ਵੀ ਆਉਂਦੀ ਹੈ ਕਿ ਕੁਛ ਗੜਬੜ ਵੀ ਕਰ ਸਕਦੇ। ਕਿਸ ਤਰ੍ਹਾਂ ਦੀ ਬਦਬੂ ਆਉਂਦੀ ਹੈ, ਕਿਉਂ ਆਉਂਦੀ ਹੈ ਬਦਬੂ, ਕੀ ਕਾਰਨ ਲੱਗਦਾ? ਭਾਜੀ, ਇਮਾਨਦਾਰ ਨਹੀਂ ਹੈਗੇ। ਮੈਂ ਆਪਣੇ ਡੈਡੀ ਕੋਲ ਪੈਸੇ ਮੰਗਦਾ, ਮੈਂ ਡੈਡੀ ਮੈਨੂੰ ਖਰਚਣ ਲਈ ਪੈਸੇ ਦੇ ਦਿਓ, ਡੈਡੀ ਕਹਿੰਦਾ ਗੁਆਂਢੀਆਂ ਦੀ ਡੈਡੀ ਕੋਲ ਲੈ ਆਓ, ਕਿਉਂ ਜਾਵਾਂ ਯਾਰ?
ਯਾਦ ਕਹਿ ਦੇ ਤੂੰ ਮੈਂ ਤੇਰਾ ਡੈਡੀ ਨਹੀਂ ਤੇ ਫਿਰ ਮੈਂ ਗੁਆਂਢੀਆਂ ਕੋਲ ਪੈਸੇ ਮੰਗ ਲੈਂਦਾ ਜਾਂ ਮੈਂ ਭੀਖ ਮੰਗ ਲੈਂਦਾ। ਕਾਨੂੰਨ ਬਣਾਇਆ ਉਹ ਮੇਰੇ ਲਈ ਬਣਾਇਆ, ਮੀਨਸ ਕਿਸਾਨਾਂ ਲਈ ਬਣਾਇਆ, ਕਿਸਾਨ ਦੇ ਨਾਲ ਨਾਲ ਆਮ ਜਨਤਾ ਲਈ ਵੀ ਬਣਾਇਆ। ਇਹ ਬਾਰ ਬਾਰ ਆਪਾਂ ਵੀ ਕਿਹਾ ਸੀ, ਅੱਜ ਵੀ ਕਹਿੰਦੇ ਹਾਂ, ਜੇ ਕਾਨੂੰਨ ਗਿਆ ਕਿਸਾਨ ਨੂੰ ਤੇ ਜੋ ਪਰੇਸ਼ਾਨੀ ਆਉਣੀ ਆਉਣੀ ਹੈ, ਆਮ ਬੰਦਾ 20,000 ਰੁਪਏ ਕਿਲੋ ਕਣਕ ਖਾਏਗਾ। ਮਤਲਬ ਸਾਹਿਬ ਆਮ ਜਨਤਾ ਇਹ ਮੰਨਦੀ ਹੈ, ਕਿਉਂਕਿ ਮੈਂ ਜਦੋਂ ਬਾਰਡਰਾਂ 'ਤੇ ਕਵਰੇਜ ਕਰਕੇ ਆਇਆ, ਸਿੰਘੂ ਬਾਰਡਰ, ਟਿੱਕਰੀ ਬਾਰਡਰ, ਗਾਜ਼ੀਪੁਰ ਵੀ ਜਾ ਕੇ ਆਇਆ ਸੀ ਉੱਥੇ, ਅਤੇ ਉੱਥੋਂ ਜਾ ਕੇ ਜਦੋਂ ਲੋਕਾਂ ਨਾਲ ਇਸ ਮੁੱਦੇ 'ਤੇ ਗੱਲਬਾਤ ਕੀਤੀ ਹੈ ਕਿ ਨਿਆਂ ਪ੍ਰਣਾਲੀ ਬਾਰੇ ਉਹਨਾਂ ਦਾ ਕੀ ਕੁਝ ਕਹਿਣਾ ਹੈਗਾ, ਅਤੇ ਉਹਨਾਂ ਦਾ ਕਹਿਣਾ ਹੈ ਕਿ ਨਿਆਂ ਪ੍ਰਣਾਲੀ 'ਤੇ ਅਸੀਂ ਜ਼ਿਆਦਾਤਰ ਭਰੋਸਾ ਨਹੀਂ ਕਰ ਸਕਦੇ। ਪਿਛਲੇ ਸਮੇਂ ਦੌਰਾਨ ਬਹੁਤ ਸਾਰੇ ਅਜਿਹੇ ਫੈਸਲੇ ਆਏ ਨੇ ਜਿਨ੍ਹਾਂ ਨਾਲ ਲੋਕ ਸੰਤੁਸ਼ਟ ਨਹੀਂ ਨਜ਼ਰ ਆਏ, ਅਤੇ ਇਸ ਕਰਕੇ ਜਿਹੜੇ ਸਰਕਾਰ ਦੇ ਜਿਹੜੇ ਕੰਮ ਫਸੇ ਹੋਏ ਸੀ, ਜਿਹੜੀਆਂ ਪੇਚਾਂ ਫਸੀਆਂ ਹੋਈਆਂ ਸੀ, ਉਹ ਪੇਚਾਂ ਜਿਹੜੀਆਂ ਹੈਗੀਆਂ ਨੇ ਉਹ ਸੁਪਰੀਮ ਕੋਰਟ ਦੇ ਜ਼ਰੀਏ ਇਹਨਾਂ ਨੇ ਸਰਕਾਰ ਨੇ ਕਢਾਈਆਂ ਹੈਗੀਆਂ ਨੇ, ਅਤੇ ਇਸੇ ਕਰਕੇ ਅਸੀਂ ਸੁਪਰੀਮ ਕੋਰਟ ਤੋਂ ਕੋਈ ਬਾਹਲੀ ਉਮੀਦ ਨਹੀਂ ਕਰਦੇ। ਲੋਕਾਂ ਦਾ ਕਹਿਣਾ ਕਿ ਖੇਤੀ ਕਾਨੂੰਨਾਂ ਦੇ ਮੁੱਦੇ ਉੱਤੇ ਕੋਈ ਸੁਪਰੀਮ ਕੋਰਟ ਵਧੀਆ ਡਿਸੀਜਨ ਲਊਗਾ, ਫਿਰ ਵੀ ਉਹ ਕਹਿੰਦੇ ਕਿ ਖੈਰ ਸਾਡੇ ਸੁਪਰੀਮ ਸਰਵਉੱਚ ਅਦਾਲਤ ਹੈਗੀ ਹੈ ਅਤੇ ਉਹਨਾਂ ਵਿੱਚ ਕਿ ਗੱਲਬਾਤ ਚੱਲ ਰਹੀ ਵੀ ਨਹੀਂ ਹੈਗੀ ਹੈ, ਪਰ ਕੋਈ ਬਾਹਲੀਆਂ ਉਮੀਦਾਂ ਨਹੀਂ। ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਤੁਸੀਂ ਐਡਵੋਕੇਟ ਹੈਗੇ ਹੋ, ਕਿਉਂ ਨਿਆਂ ਪ੍ਰਣਾਲੀ ਦਾ ਜਿਹੜਾ ਮਿਆਰ ਹੈਗਾ ਇੰਨਾ ਗਿਰਾਵਟ ਵੱਲ ਜਾ ਰਿਹਾ, ਕਿੱਥੇ ਕਮੀ ਰਹਿ ਰਹੀ ਹੈ? ਸਰ ਉਸ ਤੋਂ ਪਹਿਲਾਂ ਤੇ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਵੀ ਇਹ ਪੰਗਾ ਗੁਰੂ ਨਾਨਕ ਦੇਵ ਜੀ ਦੀ ਜਾਂ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਨਾਲ ਲੈ ਲਿਆ ਲੋਕਾਂ ਨੇ। ਇਹਨਾਂ ਨੂੰ ਇਹ ਯਾਦ ਮੈਂ ਕਰਾ ਦਿੰਦਾ, ਅਫਗਾਨਿਸਤਾਨ ਦੇ ਵਿੱਚ ਜੇ ਕਿਲਾ ਫਤਿਹ ਕੀਤਾ ਸੀ ਤੇ ਸਾਡੇ ਗੁਰੂ ਮਹਾਰਾਜ ਜੀ ਨੇ ਕੀਤਾ ਸੀ। ਅਮਰੀਕਾ ਜਿਹੜੀ ਅੱਜ ਆਪਣੇ ਆਪ ਨੂੰ ਸੁਪਰ ਪਾਵਰ ਕਹਿੰਦਾ, ਉਹਨੂੰ ਵੀ ਉਸਾਮਾ ਬਿਨ ਲਾਦੇਨ ਨਹੀਂ ਸੀ ਲੱਭਿਆ ਉੱਥੇ ਜਾ ਕੇ, ਉਹਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਤੇ ਸਾਡੇ ਮਹਾਰਾਜਾ ਰਣਜੀਤ ਸਿੰਘ ਨੇ ਭਲਿਆਂ ਵਕਤਾਂ 'ਚ ਜਦੋਂ ਟੈਲੀਫੋਨ ਵੀ ਨਹੀਂ ਸੀ ਹੁੰਦੇ, ਜਦੋਂ ਕਬੂਤਰ ਦੇ ਰਸਤੇ ਚਿੱਠੀਆਂ ਜਾਂਦੀਆਂ ਸੀ, ਉਸ ਜ਼ਮਾਨੇ 'ਚ ਵੀ ਅਫਗਾਨਿਸਤਾਨ ਨੂੰ ਫਤਿਹ ਕੀਤਾ ਹੋਇਆ, ਜਾਂ ਪਾਂਡਵਾਂ ਦੇ ਟਾਈਮ ਤੇ ਇਹਨਾਂ ਚੀਜ਼ਾਂ ਦੇ ਕਿਲਿਆਂ ਦੀ ਜਾਂ ਅੰਦਰੋਂ ਜਿਹੜੀਆਂ ਸੁਰੰਗਾਂ ਦੀ ਬਣਤਰ ਨੂੰ ਮਤਲਬ ਸੇਂਧ ਲਾ ਕੇ ਉਹਦੇ ਤੇ ਪਹੁੰਚਿਆ ਗਿਆ। ਸੋ ਜਿੱਥੋਂ ਤੱਕ ਨਿਆਂ ਪ੍ਰਣਾਲੀ ਦਾ ਸਵਾਲ ਹੈ ਭਾਜੀ, ਡੈਫੀਨੇਟਲੀ ਇਹੋ ਜਿਹੇ ਕਈ ਮੁੱਦੇ, ਇਹੋ ਜਿਹੇ ਕਈ ਚੀਜ਼ਾਂ ਜਿਹੜੀ ਨਿਆਂ ਪ੍ਰਣਾਲੀ ਦੇ ਥਰੂ ਆਈਆਂ, ਬਟ ਮੈਂ ਫਿਰ ਕਹਾਂਗਾ ਕਿ ਨਿਆਂ ਪ੍ਰਣਾਲੀ 'ਚ ਹਾਲੇ ਅੰਧੇਰ ਨਹੀਂ ਆਇਆ। ਕੋਈ ਪ੍ਰੈਸ਼ਰ ਕਹਿ ਸਕਦੇ ਹਾਂ, ਕੋਈ ਹੋਰ ਚੀਜ਼ ਕਹਿ ਸਕਦੇ ਹਾਂ, ਪਰ ਕਈ ਚੀਜ਼ਾਂ ਬੜੀਆਂ ਚੰਗੀਆਂ ਵੀ ਹੋਈਆਂ ਨੇ ਨਿਆਂ ਪ੍ਰਣਾਲੀ 'ਚ, ਬਹੁਤ ਸਾਰੀਆਂ ਮਾੜੀਆਂ ਵੀ ਹੋਈਆਂ ਨੇ ਅਸੀਂ ਕਹਿ ਸਕਦੇ ਹਾਂ, ਜਾਂ ਕਈ ਕੁਛ ਕਈ ਮੁੱਦੇ ਨੇ। ਮਲਨ ਸਾਹਿਬ ਕਹਿ ਲਓ, ਸਭ ਕੁਛ ਤਾਂ ਨਜ਼ਰ ਆ ਰਿਹਾ ਦੇਸ਼ ਦੇ ਵਿੱਚ ਕੀ ਕੁਛ ਹੋ ਰਿਹਾ। 4 ਜੱਜ ਸੁਪਰੀਮ ਕੋਰਟ ਦੇ, ਸੀਨੀਅਰ ਸੁਪਰੀਮ ਕੋਰਟ ਦੇ ਬਾਹਰ ਬੈਠ ਕੇ ਖੁਦ ਕਹਿੰਦੇ ਨੇ ਕਿ ਅੱਜ ਨਿਆਂ ਪ੍ਰਣਾਲੀ ਖਤਰੇ ਵਿੱਚ ਹੈ, ਦੇਸ਼ ਦਾ ਲੋਕਤੰਤਰ ਖਤਰੇ 'ਚ ਹੈ। ਉਹ ਲੋਕਾਂ ਨੂੰ ਅਪੀਲ ਕਰਦੇ ਨੇ ਕਿ ਨਿਆਂ ਪ੍ਰਣਾਲੀ ਨੂੰ ਤੁਸੀਂ ਬਚਾਓ, ਅਤੇ ਲੋਕ ਫਿਰ ਸੁਪਰੀਮ ਕੋਰਟ ਤੋਂ ਕੀ ਉਮੀਦਾਂ ਰੱਖਣਗੀਆਂ। ਖੈਰ ਇਸੇ ਕਰਕੇ ਲੋਕਾਂ ਦੇ ਵਿੱਚ ਖਦਸ਼ਾ ਜ਼ਰੂਰ ਮੈਨੂੰ ਨਜ਼ਰ ਆਇਆ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦਾ ਕਹਿਣਾ ਕਿ ਅੱਜ ਜਿਹੜੀ ਜੁਡੀਸ਼ਰੀ ਹੈਗੀ ਹੈ ਉਹ ਇੱਕ ਸਿਆਸੀ ਦਬਾਅ ਦੇ ਹੇਠ ਕੰਮ ਕਰ ਰਹੀ ਹੈ, ਅਤੇ ਜਦੋਂ ਜੁਡੀਸ਼ਰੀ ਸਿਆਸੀ ਦਬਾਅ ਦੇ ਹੇਠ ਕੰਮ ਕਰਦੀ ਹੈ ਤੇ ਫਿਰ ਇਨਸਾਫ ਦੀ ਬਾਹਲੀ ਉਮੀਦ ਨਹੀਂ ਕੀਤੀ ਜਾ ਸਕਦੀ। ਖਾਸ ਤੌਰ 'ਤੇ ਕੇਂਦਰ ਸਰਕਾਰ ਸੱਤਾ ਦੇ ਵਿੱਚ ਹੋਵੇ ਅਤੇ ਉਹ ਆਪਣੀ ਚੰਮ ਦੀਆਂ ਚਲਾਉਂਦੀਆਂ ਹੋਵੇ, ਏਜੰਸੀ ਉੱਤੇ ਵੀ ਉਹਨਾਂ ਦਾ ਕਬਜ਼ਾ ਹੋਵੇ, ਜਿਹਦੇ ਮਗਰ ਜਿਹੜੀ ਮਰਜ਼ੀ ਏਜੰਸੀ ਲਾ ਦੇਵੇ, ਅਤੇ ਇਸ ਕਰਕੇ ਨਿਰਾਸ਼ਾ ਜ਼ਰੂਰ ਲੋਕਾਂ ਦੇ ਵਿੱਚ ਹੈਗੀ ਹੈ ਕਿ ਸੁਪਰੀਮ ਕੋਰਟ ਤੋਂ ਕਿਸਾਨਾਂ ਨੂੰ ਕਦੇ ਇਨਸਾਫ ਨਹੀਂ ਮਿਲ ਸਕਦਾ 3 ਖੇਤੀ ਕਾਨੂੰਨਾਂ ਨੂੰ ਲੈ ਕੇ ਵੀ। ਹਾਂ, ਆਉਣ ਵਾਲੇ ਸਮੇਂ ਦੇ ਵਿੱਚ ਦੇਖੋ, ਕਿਉਂਕਿ ਸੁਪਰੀਮ ਕੋਰਟ ਦੇ ਜਿਸ ਤਰੀਕੇ ਨਾਲ ਸਵਾਲ ਉੱਠਣੇ ਸ਼ੁਰੂ ਹੋਏ ਨੇ, ਹੁਣ ਦਿੱਲੀ ਦੀਆਂ ਸਰਹੱਦਾਂ ਤੋਂ ਵੀ ਲੋਕ ਜਾਗਰੂਕ ਹੋਣੇ ਸ਼ੁਰੂ ਹੋਏ ਨੇ, ਸੁਪਰੀਮ ਕੋਰਟ ਵੀ ਆਪਣੀ ਮਾਣ ਮਰਿਆਦਾ ਨੂੰ ਧਿਆਨ ਵਿੱਚ ਰੱਖਦਿਆਂ ਕੁਛ ਹੋ ਸਕਦਾ ਕਿ ਵੱਡਾ ਡਿਸੀਜਨ ਲਵੇ। ਮਲਨ ਸਾਹਿਬ, ਆਪਾਂ ਅੱਗੇ ਵਧਦਿਆਂ ਜਿਹੜੇ ਹੋਰ ਕੇਸ ਹੈਗੇ ਆਪਾਂ, ਹਾਂਜੀ ਹਾਂਜੀ ਦੱਸੋ। ਇੱਕ ਗੱਲ ਇਸ ਵੇਲੇ ਸਾਡੇ ਇਸ ਅੰਦੋਲਨ ਤੇ ਅੰਤਰਰਾਸ਼ਟਰੀ ਲੈਵਲ ਤੇ ਨਜ਼ਰਾਂ ਨੇ, ਬਿਲਕੁਲ ਬਿਲਕੁਲ। ਔਰ ਮੈਂ ਆਪਣੇ ਕਿਸਾਨ ਭਰਾਵਾਂ ਨੂੰ ਇੰਨੀ ਗੱਲ ਜ਼ਰੂਰ ਕਹਿਣਾ ਚਾਹੁੰਦਾ, ਵੈਸੇ ਸਾਰੇ ਮੇਰੇ ਕਿਸਾਨ ਭਰਾ ਬੜੇ ਸਿਆਣੇ ਅਲਰਟ ਨੇ, ਕੋਈ ਵੀ ਅਣਪਛਾਤਾ ਵਿਅਕਤੀ ਜਾਂ ਤੁਹਾਡੀ ਬਰਾਦਰੀ ਤੋਂ ਜਾਂ ਤੁਹਾਡੀ ਪਛਾਣ ਤੋਂ ਬਾਹਰਲਾ ਮਿਲੇ, ਜਦ ਤੱਕ ਉਹਦੀ ਤੁਸੀਂ ਆਈਡੈਂਟੀਫਿਕੇਸ਼ਨ ਪ੍ਰੋਪਰ ਨਾ ਜਾਣ ਲਵੋ, ਉਹਦੇ ਨਾਲ ਕਿਸੇ ਕਿਸਮ ਦਾ ਸਾਂਝ ਭਿਆਲੀ ਨਹੀਂ ਪਾਉਣੀ, ਉਹਨੂੰ ਬਹੁਤੀ ਦੇਰ ਆਪਣੇ ਕੋਲ ਟਿਕੇ ਨਹੀਂ ਲੈਣ ਦੇਣਾ। ਕੋਈ ਇਹਦੇ 'ਚ ਦੋ ਰਾਏ ਨਹੀਂ ਕਿ ਇਸ ਅੰਦੋਲਨ ਨੂੰ ਕੋਈ ਵੀ ਗਲਤ ਨਾਮ ਦੇਣ ਲਈ ਜਾਂ ਕੋਈ ਗਲਤ ਕੰਮ ਕਰਨ ਲਈ ਕੋਈ ਸ਼ਰਾਰਤ ਕੀਤੀ ਜਾ ਸਕਦੀ ਹੈ। ਅਲਰਟ ਰਹਿ, ਨੋ ਡਾਊਟ, ਪਹਿਲਾਂ ਹੀ ਬਹੁਤ ਵਿਜੀਲੈਂਟ ਨੇ ਸਾਡੇ ਕਿਸਾਨ ਭਰਾ, ਪਰ ਆਪਾਂ ਆਪਣੇ ਮੁੱਦੇ ਤੋਂ ਵੀ ਬਾਹਰ ਨਹੀਂ ਹਟਣਾ। ਬਿਲਕੁਲ, ਆਪਣਾ ਇੱਕੋ ਹੀ ਮੁੱਦਾ ਹੈ ਕਿ ਤਿੰਨੋਂ ਬਿੱਲ ਖਾਰਜ ਤੇ ਖਾਰਜ, ਉਸ ਤੋਂ ਇਲਾਵਾ ਅਗਲਾ ਕੋਈ ਸਵਾਲ ਨਹੀਂ, ਪਿਛਲਾ ਕੋਈ ਸਵਾਲ ਨਹੀਂ, ਕੋਈ ਕਨਫਿਊਜ਼ਨ ਨਹੀਂ, ਤੇ ਆਪਣੇ ਮੁੱਦੇ ਤੇ ਬੜੇ ਪਿਆਰ ਨਾਲ ਟਿਕੇ ਰਹੋ। ਸਾਰੀ ਮਦਦ ਇਮਦਾਦ ਬੜੇ ਬੜੇ ਵਧੀਆ ਪਰਿਵਾਰ ਸਾਡੇ ਕਿਸਾਨ ਭਰਾ ਸਾਡੇ ਵਿਦੇਸ਼ਾਂ 'ਚ ਬੈਠੇ ਭੈਣ ਭਰਾ ਭੇਜ ਰਹੇ ਨੇ, ਪਹੁੰਚ ਰਹੀ ਹੈ, ਕਿਸੇ ਚੀਜ਼ ਦੀ ਕਮੀ ਨਹੀਂ ਆ ਸਕਦੀ।
सिर्फ असीं अपने मुद्दे नूं जे वी चीज़ नूं लैण गए आ। 13 वार दिल्ली नूं पहला भी फतेह पंजाबियों ने किया, 19 वार कई 19 वार ते कई मुगल शासकां तों बचाया ते साडे गुरुआं पीरां ने बचाया। असीं उहनां दी मिट्टियां, पैरां दी मिट्टियां, पर असीं वी उसे ही धरती दे जम्मे आ जिथे खाड़कू जम्मे ने। खाड़कू गलत शब्दां च नहीं, खाड़कू चाहे उन्हां ने रब नूं पाया ते चाहे उन्हां ने हड़ां च लंगर खवाए ने, खून दे विच बगावत है बिल्कुल। सो मलन साहब आप अगे वधीए, जिहड़े मामले हो रहे आपां उह वी विचारदे आ नाल दी नाल। मैं तुहाडे कोल, क्योंकि बहुत सारे लोग उड़ीक भी करदे होणे कि विआह शादियां दे जिहड़े केस हैगे ने ते उहनां दे विच की डिवैलपमेंट होई नवीं, कोई नवे कानून आए कि जिहड़े इत्थे NRI आउंदे ने विआह करा के चले जांदे ने, जां जिहड़े NRI लाड़ियां दे नाल वी ठगियां जिहड़े केस हैगे ने, ते उहनां दे विच कोई नवीं डिवैलपमेंट होई, कोई नवा कानून आया? देखो जी, कोविड करके तो हले सारे दफ्तरां च बड़ा स्लो काम चल रहा, लिमिटेड काम चल रहा। बट मैं एक परसनल लेवल से छोटी जी शुरुआत की है, जिन्हें भी अपने NRI थाने ने, जी जी NRI AS राय जी है ने, अपने नोडल ऑफिसर, उन्होंने मिलकर एक डिस्कशन की है कि आप एक ऐसा सिस्टम क्रिएट करिए जिदे असी अपनी जिहड़ी पुलिस है उन्हों लेटेस्ट कानून बारे जानकारी दईए, जिहड़ियां उन्हां नूं परेशानियां आउंदियां पईआं उहदे ते काम करिए। और बहुत जल्दी असी रीएक्टिवेट करन लगे अपने आप नूं वी, और हले तक इस अदालतां च बड़ा लिमिटेड काम चल रहा है। और इवन मैट्रीमोनियल अदालतां ने उहदे च वी हले लिमिटेड काम चल रहा है। जी जी, सो लेट अस सी की बनता है। बाकी तो जिहड़े वी मुद्दे ने जी उह पेंडिंग ही चल रहे ने हले तक, तो हले बड़ी स्लो पेस है, कह सकते हैं आप स्लो पेस है। ठीक है। सो मलन साहब, क्योंकि हुण करोना करके हौली हौली स्कूल भी खुलने शुरू हो गए ने, पहला तो सारा कुछ ही बंद रहा दुनिया के, हौली हौली फिर भी जिहड़े हुण शटर खुलने शुरू हो गए ने, पंजाब दे स्कूल खुलने, कॉलेज यूनिवर्सिटियां खुलनिया शुरू हुई ने, कारोबार होर भी खुल रहे हैं, तो इस दरम्यान मैं तुहाडे तों ये जानना चाहुंदा कि हुण लोग जमीन नूं भी हथ पाउण लग गए ने। पहला तो जमीन जायदाद का भी काम ठप रहा सीगा, हुण जमीन जायदाद की खरीदो फरोख्त भी कर रहे हैं लोग, तो बहुत सारे लोगों के नाल जमीन जायदाद खरीदने लगियां ठगियां भी हो रही ने। पता लगता है प्लाट पहला जिहड़ा खरीदया नवा किसी ने होर दे नाते हैगा, तो वह कहिंदा मालिक मैं, ये कहिंदे मालिक मैं आ गया। इस करके जमीन जायदाद नूं खरीदने तो पहला किहड़ियां गल्लां दा ध्यान रखना चाहिए लोगों को, किहड़ियां सावधानियां होनिया चाहिए ने, किहड़े किहड़े डॉक्यूमेंट के उत्ते खास तौर पर तिखी नज़र होनी चाहिए लोगों की, इस बारे थोड़ा जिहा चानना जरूर पाओ। देखो भाजी, जिहड़े लोग शरारती ने ना जी, उन्हां दी खून च शरारत। अपने को एक भैन जी का फोन आया सी, उन्होंने बिलगे वाले पासे कोई प्रॉपर्टी लई सी, नूरमहल बिलगे वाले पासे, जी जी, जिस बंदे ने प्रॉपर्टी बेची सी कोई 48 लाख रुपये की, जदों केस मेरे को आया पता लगा कि उस बंदे ने ऑलरेडी वो प्रॉपर्टी बैंक के अगे गिरवी रखी है और उतों का वो डिफाल्टर है। बैंक के अगे गिरवी प्रॉपर्टी, ठीक है, अगे फिर बेच दी, फिर अगे बेचती, और बैंक का भी वो डिफाल्टर है, बैंक के भी उन्हें पैसे देने हैं। और मजेदार गल है कि उन्हें पटवारी ना रल के उहदा लियन मार्क नहीं होने दिता बैंक का, और बैंक के अफसरां की भी गलती है कि उन्होंने लियन मार्क वाली फर्द नहीं ली। और जदों यह गलती हुई, जदों देखो जिहड़ा भी कोई भैन भरा, जिहड़ा भी कोई भैन भरा प्रॉपर्टी खरीदेगा, तुसीं खरीदोगे या मैं खरीदांगा, तो असीं वध तों वध की करांगे कि असीं पटवारी कोलों जाके रेवन्यू रिकॉर्ड कढ़ावांगे, पिछले 30 साल का रिकॉर्ड कढ़ावांगे कि क्या कभी कोई इहदे ते कोर्ट केस होया सी, या किते जिहनूं आपां कहिंदे बिला पार, इंग्लिश कहिंदे इनकमबरेंस, आपां इनकमबरेंस सर्टिफिकेट लवांगे, ते जदों रेवन्यू क्लीन बोलदा है ते फिर की कर सकदे आ उहदे उस केस विच। जनरली जिथे भी जमीन लैनी होवे तुसीं उहदे आले दुआले प्रॉपर्टी डीलर हुंदे ने, आंढी गुआंढी हुंदे ने, उहनां कोल पता करो वी इस बंदे ने पिछले कुछ सालों से कोई लोन लिता है या कोई नवी प्रॉपर्टी खरीदी है या कोई संद खरीदया है, तो उतों अंदाजा लग जाता है। मलन साहब साढ़े दर्शक जुड़ चुके ने, गलबात करांगे उन्हां नाल। जी सर, हैलो। हैलो, हाँ जी, सत श्री अकाल जी, लाइव प्रोग्राम तुहाडा स्वागत है। कौन बोल रहे, कित्थे बोल रहे जी? चलो मैं टेक्निकल टीम कहना कि ठीक करनगे, तुसी कोई सवाल पूछना चाहुंदे हो? हाँ नहीं, बस मुद्दे ते चलदे काम ओही सुन रहे सीगे, ओ सुनिया ही नहीं पूरी, विच अद्धी कट जांदी आवाज।
मैं कोई गल नहीं इस मसले का हल करवा छेती। हाँ जी करायो जी। ओके सो मलन साहब तुहाडे वल्लों आवाज़ काफ़ी कट कट के आ रही हैगी है, नैटवर्क की आई थिंक प्रॉब्लम हैगी है, तो जे मसला तुसी इशू हल कर सकते नैटवर्क वाला देखो क्योंकि साढ़े दर्शकों का कहना है कि आवाज़ तुहाडी बहुत ज़्यादा कट रही है। मेरे इधर तो स्पीड प्रॉपर है जी, मैं देख रहा बट हो सकता है माइक थोड़ा फेस दे कोल रख लो मुंह दे कोल। देखो कल जी मैं हेडफोन लाया जी, नाल ही माइक है। अच्छा नीर इज पॉसिबल। ठीक है जी, ते टेक्नोलॉजी वाइज तो ठीक है सारा कुछ जी, मैं बाकी फिर भी ध्यान रखदा। ठीक मैं एक्चुअली अमृतसर बैठा हूं अपने। ठीक है जी, फिर भी टैक्नीकल टीम को साड़ी गुजारिश हैगी है कि जिहड़ी प्रॉब्लम आ रही है साढ़े दर्शकों को सुनने उस छेती तो छेती हल किया जाए। मलन साहब मैं तुहाडे ते भी जानना चाहुंदा, जिदा तुसीं दस्सिया है कि पटवारी का नाम लिया है कि पटवारी जिहड़े हैगे ने बहुत ठगियां मारदे ने लोकां दे नाल, ते जदों भी कोई जमीन जायदाद दे विच हेराफेरी हुंदी है जां ठगी वज जांदी है धोखाधड़ी हो जांदी है ते विच्चों जिहड़ा मेन आपां कह सकदे हां कि विलन निकल के आउंदा पटवारी निकल के आउंदा है, ये पटवारी वाला मसला कदों हल होएगा अपने भारत दे विच? पटवारी हुण तक बहुत सारे फड़े भी गए ने रिश्वत लैंदे आ ते हाले बहुत सारे होर फड़े भी जाने ने, ते पर ये मसला किवें हल होएगा? लोकां नूं आपां किवें बचा सकदे आ पटवारियों के हत्थों लुट तों? मैं भी तो भाजी पटवारी का शिकार सी ते मैं वकील बन गया उहदे नाल बदला लैण वास्ते मैं वकील बनिया। 10 रुपए की लड़ाई मैं 20 साल लड़ी है और लड़न तो बाद जितिया वा, मैं शुक्रगुजार करदा परमात्मा का जे मैं जितया तो तुहाडे वर्गे भरावां ने मदद की है, वकील भरावां ने मदद की है, पर मैनू मेरा हक खो के लड़ना पिया। मैनू मेरा हक खो के लड़ना पिया, मैनू आराम नाल नहीं मिलिया, बड़ी औखी लड़ाई लड़ी और अज भी मैं लड़ रहा अपनी जायदाद नूं बचाने लई। जितों तक पटवारियों का मसला है सर, साडी पंजाब सरकार ने पिछे जे थोड़ी जी मेहनत की है ते जिहड़ा रेवेन्यू रिकॉर्ड है सारा कंप्यूटराइज करना शुरू कर दिता, काफी हद तक कंप्यूटराइज हो गया है। और मैं अपने NRI भैन भरावां नूं खास करके कहांगा कि वह अपनियां कंप्यूटराइज फरदां कढा लैण, फरदां उहदे कल्ले कल्ले खाने नूं चंगी तरह पढ़न, ताडी जमीन का पूरा हिस्सा ताडे नाल चढ़िया है कि नहीं चढ़िया, किसी होर ताडे खाते च जिक्र तो नहीं करता, करैक्शनां हुणे हो जाणगियां लेटर ऑन नहीं। मेरे मामा जी की छोटी जी जमीन सी, उन्हां दा नाम कपिल देव है, कछलिया नाम भरता उन्होंने, क्या बड़ी वड्डी गड़बड़ी। कल नूं उह कछलिया देवी नूं लभ के लियाणा पवेगा मैनूं जां उहनूं कपिल देव करान च, मेरे लिए प्रॉब्लम है। मौके सिर मैं देख लिया, मैं ठीक करा लिया, ते अगों भी ध्यान रख रहा बाकी भी भैन भरावां दी जिन्हां दी जमीन है उहदे ते ध्यान रख्या जा रहा। लोग भी शरारती ने, मैं तुहानूं फिर दसदा वड्डे जिमीदार ने जिन्हें जमीन वेची है जी, अजी कि तुहानूं उहने थोड़ा दसदा, 3 भरा ने, मान लो नाम है ABC, मैं नाम नहीं लैंदा भाई ने ABC जी जी, ठीक है जी। पहला ए ने की किया, सारे को भी मान लो 3 जने 21 किले पैली है, एक बंदे ने अपने 7 किले पैली वेचती प्लाट कट के, ठीक है, वेची नूं 5 साल हो गए जो पैसे पूसे पूरे घर आ गए। बी ते सी ने परिवारिक वंड का केस पाता, तिना भरावां चों बी ते सी ने केस पाता कि साडी ते जमीन ही नहीं वंडी गई ते सानूं परिवारिक वंड की जाए, रादर बी ते सी ते बच्चियां ने पाता केस। उन्होंने फेर बदल करके की किया, जिहड़ी ए ने जमीन वेची सी वह जमीन बी ने कहता मेरे कब्जे च है, ते इदां आपस च जमीना बदल लईआं। हुण जे मैं जे मैं उत्थे जमीन खरीदी सी मेरी जमीन तां मिट्टी होगी। काफ़ी डिस्टर्बेंस आ रही है मलन साहब, तुहाडी आवाज़ दे विच थोड़ी काफ़ी प्रॉब्लम आ रही है, मैनूं सुनाई नहीं दे रहा प्रोपर। मैं शायद थोड़ी तेज बोल रहा सी। हाँ जी हाँ जी जी जी, मैं ये कह रहा सी कि 3 भरा ने ए बी ते सी। मैं अपनी टैक्नीकल टीम नूं गुजारिश करदा साउंड वाला थोड़ा सिस्टम सैट किया जाए, काफ़ी डिस्टर्बेंस आ रही है इस विच। मलन साहब तुहानूं मेरी आवाज सुनाई दे रही है? जी मैं सर सुन रही है, मैं थोड़ी देर लई वीडियो एक बारी ऑफ करा, शायद ठीक है तुहाडी वीडियो तो ठीक आ रही है। नहीं किसी वेले की हुंदा वीडियो ते ऑडियो इकट्ठा चल रहा होवे ते दिक्कत आ जांदी है, मैं थोड़ी देर लई वीडियो ऑफ कर दिंदा। जी जी सो बेला एक छोटी जी ब्रेक दा हो गया, ब्रेक तो बाद छेती मुड़दे आ, तुसीं देखदे रहो हमदर्द टीवी।
ਸੋ ਤੁਹਾਡਾ ਦੁਆਰਾ ਸਵਾਗਤ ਹੈਗਾ ਕਿਉਂਕਿ ਆਡੀਓ ਦੀ ਕਾਫੀ ਪ੍ਰੋਬਲਮ ਆ ਰਹੀ ਸੀ ਲੇਕਿਨ ਹੁਣ ਆਈ ਥਿੰਕ ਮਸਲਾ ਹੱਲ ਹੋ ਗਿਆ ਜੇ ਫਿਰ ਵੀ ਕਿਸੇ ਨੂੰ ਪ੍ਰੋਬਲਮ ਆਉਂਦੀ ਹੋਈ ਤਾਂ ਸਾਨੂੰ ਤੁਸੀਂ ਕਾਲ ਕਰਕੇ ਜ਼ਰੂਰ ਦੱਸ ਸਕਦੇ ਹੋ ਪ੍ਰੋਬਲਮ ਤੁਸੀਂ ਲਾਈਵ ਦੇਖ ਰਹੇ ਹੋ ਕਿਸੇ ਵੀ ਕੇਸ ਸੰਬੰਧੀ ਕੋਈ ਵੀ ਕਾਨੂੰਨੀ ਸਲਾਹ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਸੀਨੀਅਰ ਐਡਵੋਕੇਟ ਸੁਨੀਲ ਮੱਲਨ ਜੀ ਸਾਡੇ ਨਾਲ ਜੁੜੇ ਹੋਏ ਨੇ ਬਿਲਕੁਲ ਮੁਫਤ ਕਾਨੂੰਨੀ ਸਲਾਹ ਤੁਹਾਨੂੰ ਦੇਣਗੇ ਕਾਲ ਕਰਕੇ ਤੁਸੀਂ ਲੈ ਸਕਦੇ ਹੋ ਜੇ ਤੁਸੀਂ ਬਾਹਰ ਵਿਦੇਸ਼ਾਂ ਵਿੱਚ ਬੈਠੇ ਹੋ ਤੁਹਾਡੀ ਜ਼ਮੀਨ ਜਾਇਦਾਦ ਦੇ ਉੱਤੇ ਕਬਜ਼ਾ ਹੈ ਕਿਸੇ ਦਾ ਤੇ ਉਸ ਬਾਰੇ ਤੁਸੀਂ ਕੋਈ ਕਾਨੂੰਨੀ ਸਲਾਹ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਜੇ ਤੁਸੀਂ ਕੋਈ ਵਿਆਹ ਸ਼ਾਦੀਆਂ ਦੇ ਮਾਮਲੇ ਵਿੱਚ ਸਲਾਹ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਅਪਰਾਧਿਕ ਕੇਸਾਂ ਬਾਰੇ ਵੀ ਕਿਸੇ ਤਰ੍ਹਾਂ ਦੀ ਕੋਈ ਸਲਾਹ ਲੈਣਾ ਚਾਹੁੰਦੇ ਹੋ ਤਾਂ ਸੀਨੀਅਰ ਐਡਵੋਕੇਟ ਸੁਨੀਲ ਮੱਲਨ ਜੀ ਸਾਡੇ ਨਾਲ ਜੁੜੇ ਹੋਏ ਨੇ ਤੇ ਉਹਨਾਂ ਨਾਲ ਅਸੀਂ ਗੱਲਬਾਤ ਲਗਾਤਾਰ ਜਾਰੀ ਰੱਖਾਂਗੇ ਮੱਲਨ ਸਾਹਿਬ ਤੁਹਾਨੂੰ ਆਵਾਜ਼ ਮੇਰੀ ਕਲੀਅਰ ਆ ਰਹੀ ਹੈ ਜੀ ਜੀ ਸਰ ਬਿਲਕੁਲ ਕਲੀਅਰ ਹੈ ਹਾਂਜੀ ਮੱਲਨ ਸਾਹਿਬ ਮੈਂ ਤੁਹਾਨੂੰ ਜਾਣਨਾ ਚਾਹੁੰਦਾ ਸੀ ਜਿਵੇਂ ਤੁਸੀਂ ਇਹ ਗੱਲ ਆਖੀ ਹੈ ਕਿ ਇੱਕ ਪਟਵਾਰੀ ਨੇ ਧੋਖਾਧੜੀ ਕੀਤੀ ਤੇ ਤੁਸੀਂ ਉਸ ਧੋਖਾਧੜੀ ਕਰਕੇ ਹੀ ਐਡਵੋਕੇਟ ਬਣ ਗਏ ਤੇ ਪਟਵਾਰੀ ਦੀ ਧੋਖਾਧੜੀ ਕਰਕੇ ਤੁਸੀਂ ਤਾਂ ਐਡਵੋਕੇਟ ਬਣ ਗਏ ਪਰ ਬਹੁਤ ਸਾਰੇ ਅਜੇ ਐਡਵੋਕੇਟ ਹੈਗੇ ਨੇ ਜਿਹੜਾ ਧੋਖਾਧੜੀ ਦਾ ਸ਼ਿਕਾਰ ਹੋਏ ਨੇ ਪਟਵਾਰੀ ਦੀ ਤੇ ਅੱਜ ਕੱਲ੍ਹ ਪਟਵਾਰੀ ਬਣਨ ਨੂੰ ਫਿਰਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਐਡਵੋਕੇਟ ਵਿੱਚ ਐਡਵੋਕੇਸੀ 'ਚ ਹੁਣ ਘੱਟ ਪੈਸਾ ਰਹਿ ਗਿਆ ਤੇ ਪਟਵਾਰੀ ਬਣ ਜਾਏ ਤੇ ਚੰਗੀ ਗੱਲ ਹੈਗੀ ਹੈ ਸੋ ਸਵਾਲ ਮੈਂ ਸਿੰਪਲ ਕਰ ਰਿਹਾ ਸੀਗਾ ਇਹ ਕਿ ਆਪਾਂ ਲੋਕਾਂ ਨੂੰ ਕਿਵੇਂ ਬਚਾ ਸਕਦੇ ਹਾਂ ਪਟਵਾਰੀਆਂ ਦੀ ਲੁੱਟ ਤੋਂ ਕੀ ਸਰਕਾਰ ਕੋਲ ਅਜਿਹਾ ਕੋਈ ਆਈਡੀਆ ਹੈਗਾ ਜਾਂ ਤੁਹਾਡੇ ਕੋਲ ਕੋਈ ਅਜਿਹਾ ਆਈਡੀਆ ਹੈਗਾ ਕਿ ਜੇ ਪ੍ਰੋਸੈਸ ਉਸ ਢੰਗ ਨਾਲ ਹੋਵੇ ਤੇ ਲੋਕਾਂ ਨੂੰ ਖੱਜਲ ਖੁਆਰ ਨਾ ਹੋਣਾ ਪਵੇ ਇੱਕ ਤਾਂ ਤੇ ਦੂਜੇ ਪਟਵਾਰੀਆਂ ਦੇ ਗੇੜੇ ਨਾ ਲਾਉਣੇ ਪੈਣ ਤੇ ਰਿਸ਼ਵਤ ਨਾ ਦੇਣੀ ਪਵੇ ਸਰ ਬੜਾ ਸਿੰਪਲ ਤਰੀਕਾ ਹੈਗਾ ਜੇ ਕੋਈ ਕਰਨਾ ਚਾਹੇ ਤੇ ਦੇਖੋ ਜ਼ਮੀਨ ਦੀ ਮਿੰਤੀ ਹੋਈ ਹੋਈ ਹੈ ਆਈਡੈਂਟੀਫਿਕੇਸ਼ਨ ਫਿਕਸ ਕੀਤੀ ਜਾ ਸਕਦੀ ਹੈ ਸਿੰਗਲ ਪੋਰਟਲ ਸਿਸਟਮ ਬਣਾਇਆ ਜਾ ਸਕਦਾ ਹੈ ਜੀ ਜੀ ਪ੍ਰੋਪਰਟੀ ਨੂੰ ਪੈਨ ਕਾਰਡ ਨਾਲ ਆਧਾਰ ਕਾਰਡ ਨਾਲ ਜੋੜਿਆ ਜਾ ਸਕਦਾ ਹੈ ਠੀਕ ਹੁਣ ਮੇਰੇ ਕਿੰਨੇ ਬੱਚੇ ਨੇ ਉਹਦਾ ਰਿਕਾਰਡ ਕਾਇਮ ਹੈ ਜਦੋਂ ਜਿਵੇਂ ਮੇਰਾ ਆਧਾਰ ਕਾਰਡ ਬਣਿਆ ਇਸੇ ਤਰ੍ਹਾਂ ਪ੍ਰੋਪਰਟੀ ਕਾਰਡ ਜੇ ਬਣ ਜੇ ਪ੍ਰੋਪਰ ਪ੍ਰੋਪਰਟੀ ਕਾਰਡ ਬਣ ਜੇ ਔਰ ਮੇਰਾ ਕਾਰਡ ਮੇਰੇ ਕੋਲ ਹੋਵੇ ਉਸ ਕਾਰਡ ਤੋਂ ਬਿਨਾਂ ਟ੍ਰਾਂਜੈਕਸ਼ਨ ਨਾ ਹੋ ਸਕੇ ਔਰ ਇੱਕ ਪ੍ਰੋਪਰਟੀ ਇੱਕੋ ਨਾਂ ਤੇ ਹੋਵੇ ਜਾਂ ਦੋ ਨਾਵਾਂ ਤੇ ਹੋਵੇ ਉਹਨਾਂ ਦੋਨਾਂ ਦੇ ਨੰਬਰ ਵੀ ਚੜੇ ਹੋਣ ਤੇ ਸਿਰਫ ਤੀਜਾ ਬੰਦਾ ਸ਼ਰਾਰਤ ਕਿਵੇਂ ਕਰ ਸਕਦਾ ਫਰਕ ਕਿੱਥੇ ਮੈਂ ਤੁਹਾਨੂੰ ਦੱਸਦਾ ਤੁਹਾਡੇ ਕੋਲ ਪਲਾਟ ਹੈ ਤੁਸੀਂ ਮੈਨੂੰ ਵੇਚਤਾ ਠੀਕ ਟਾਈਟਲ ਡੀਡ ਯਾਨੀ ਕਿ ਰਜਿਸਟਰੀ ਤੇ ਮੇਰੇ ਨਾਂ ਤੇ ਹੋ ਗਈ ਉਹਨੂੰ ਟਰੈਕ ਕਰਨ ਵਾਲਾ ਰਿਕਾਰਡ ਇੱਕੋ ਹੀ ਹੈ ਅੱਜ ਦੀ ਤਰੀਕ ਚ ਜਿਹਨੂੰ ਕਹਿੰਦੇ ਆ ਜਮ੍ਹਾਂਬੰਦੀ ਜੀ ਜੀ ਜਮ੍ਹਾਂਬੰਦੀ ਮੀਨਸ ਇੰਤਕਾਲ ਚੜਾਉਣਾ ਇੰਤਕਾਲ ਇੱਕ ਫਾਰਸੀ ਵਰਡ ਹੈ ਬਿਲਕੁਲ ਜੀ ਇੰਤਕਾਲ ਦਾ ਮਤਲਬ ਹੈ ਡੈਥ ਰੈਵਨਿਊ ਰਿਕਾਰਡ ਚ ਏ ਦੀ ਡੈਥ ਹੋ ਗਈ ਤੇ ਪ੍ਰੋਪਰਟੀ ਬੀ ਸੀ ਡੀ ਈ ਐਫ ਜਿਹਦੇ ਵੀ ਨਾਂ ਤੇ ਚੜ ਗਈ ਜਦੋਂ ਤੱਕ ਉਹ ਪ੍ਰੋਪਰਟੀ ਦਾ ਟ੍ਰੀ ਕਲੀਅਰ ਨਹੀਂ ਕਰਦੇ ਆਪਾਂ ਖਾਸ ਕਰਕੇ ਪ੍ਰੋਪਰਟੀ ਡੀਲਰ ਇਹ ਸ਼ਰਾਰਤਾਂ ਕਰਦੇ ਨੇ ਪਹਿਲਾਂ ਪ੍ਰੋਪਰਟੀ ਉਹ ਅਮਨ ਜੀ ਨੂੰ ਵੇਚਦੇ ਨੇ ਇੰਤਕਾਲ ਚੜਨ ਨਹੀਂ ਦਿੰਦੇ ਨਵੀਂ ਫਰਦ ਲਵਾਉਂਦੇ ਨੇ ਰੈਵਨਿਊ ਵਾਲੇ ਜਿਹੜੇ ਤਹਿਸੀਲਦਾਰ ਬੈਠੇ ਨੇ ਫਰਦ ਵੇਖਦੇ ਆ ਨਵੀਂ ਰਜਿਸਟਰੀ ਉਸੇ ਪਲਾਟ ਦੀ ਕਰ ਦਿੰਦੇ ਤੇ ਘਪਲਾ ਜਿਹੜੇ ਅੰਦਰਲੇ ਬੰਦੇ ਨੇ ਉਹਨਾਂ ਦੇ ਹੁੰਦਿਆਂ ਹੋ ਰਿਹਾ ਬਿਲਕੁਲ ਜੇ ਮੰਨ ਲਓ ਇਹ ਦੋ ਤਿੰਨ ਚੀਜ਼ਾਂ ਨਾਲ ਕੰਟਰੋਲ ਕੀਤੀ ਜਾ ਸਕਦੀ ਹੈ ਕਿ ਜਿਹੜਾ ਇਹਨਾਂ ਦਾ ਸੋਫਟਵੇਅਰ ਹੈ ਉਹਦੇ ਵਿੱਚ ਖਸਰਾ ਨੰਬਰ ਚੜੇ ਸਰ ਮੰਨ ਲਓ ਇੱਕ ਖਸਰੇ 'ਚ 100 acres ਜ਼ਮੀਨ ਹੈ ਉਹਦੇ ਅੱਗੋਂ ਵਿੱਚ ਤਰਤੀਮਾ ਕੱਟ ਕੇ ਮਿਨ ਵਾਕਿਆ ਹੈ ਤੇ ਜ਼ਮੀਨ ਦਾ ਇੰਚ ਬਾਏ ਇੰਚ ਰੈਵਨਿਊ ਰਿਕਾਰਡ 'ਚ ਅਵੇਲੇਬਲ ਹੈ ਉਸੇ ਇੰਚ ਬਾਏ ਇੰਚ ਰਿਕਾਰਡ ਨੂੰ ਸੋਫਟਵੇਅਰ 'ਚ ਜੇ ਚੜਾ ਦਿੱਤਾ ਜਾਵੇ ਤਾਂ ਇਹ ਉਹਦੀ ਪਲਾਟ ਨੰਬਰਿੰਗ ਹੋ ਗਈ ਔਰ ਉਹਨਾਂ ਨੂੰ ਕੋਈ ਵਰਚੁਅਲ ਪਲਾਟ ਨੰਬਰ ਦੇ ਦਿੱਤਾ ਜਾਵੇ ਤੇ ਫਿਰ ਪ੍ਰੋਬਲਮ ਖਤਮ ਹੋ ਗਈ ਸਰ ਠੀਕ ਹੈ ਜੀ ਮੰਨ ਲਓ ਇੱਕ ਖਾਲੀ ਖੇਤ ਹੈ ਖਾਲੀ ਖੇਤ ਵਿੱਚੋਂ ਇੱਕ ਟੁਕੜਾ ਵਿਕਿਆ ਉਹਨੂੰ ਤੁਸੀਂ ਵਰਚੁਅਲ ਨੰਬਰ 1 ਦੇ ਦਿਓ ਹੁੰਦਾ ਕੀ ਪਿਆ ਵੀ ਇੱਕ ਖਸਰੇ ਨੰਬਰ 'ਚ ਮੰਨ ਲਓ 100 acres ਪੈਣੀ ਹੈ ਜਾਂ 10 acres ਪੈਣੀ ਹੈ ਤੇ ਉਹ 10 acres ਦੀ ਰਜਿਸਟਰੀ ਹੋਣੀ ਚਾਹੀਦੀ ਨਾ ਉੱਥੇ ਤੇ 25 acres ਦੀ ਰਜਿਸਟਰੀ ਹੋ ਜਾਂਦੀਆਂ ਬਿਲਕੁਲ ਬਿਲਕੁਲ ਜੀ 10 acres ਪੈਲੀ ਚੋਂ ਇੱਕ ਪਲਾਟ ਮੈਂ ਖਰੀਦ ਲਿਆ ਇੱਕ ਤੁਸੀਂ ਖਰੀਦ ਲਿਆ ਅਸ਼ਵਨੀ ਜੀ ਨੇ ਖਰੀਦ ਲਿਆ ਜਗਤ ਜੀ ਨੇ ਖਰੀਦ ਲਿਆ ਮੰਨ ਲਓ 10 ਬੰਦਿਆਂ ਨੇ ਕਿੱਲਾ ਖਰੀਦ ਲਿਆ ਅਗਲੀ ਵਾਰੀ ਸੁਨੀਲ ਕੁਮਾਰ ਦਾ ਖਰੀਦਿਆ ਕਿੱਲਾ ਦੁਬਾਰਾ ਵਿਕੇਗਾ ਨਾ ਜਾਂ ਅਮਨ ਜੀ ਦਾ ਕਿੱਲਾ ਖਰੀਦਿਆ ਦੁਬਾਰਾ ਵਿਕੇਗਾ ਜਾਂ ਅਮਨ ਜੀ ਦਾ ਕਿੱਲਾ 10 acres ਵਿਕੇਗਾ ਮੰਨ ਲਓ
ਤੇ ਉਹਨਾਂ ਨੂੰ ਉਹਦਾ ਨੰਬਰ ਦਿੱਤਾ ਜਾ ਸਕਦਾ, ਕੰਪਿਊਟਰ ਨੰਬਰ ਜਨਰੇਟ ਕਰ ਦੇਵੇ, ਨੰਬਰ ਜਦੋਂ ਜਨਰੇਟ ਕਰਕੇ ਰਜਿਸਟਰੀ ਤੇ ਪਾ ਦੇਵੇ, ਦੂਜਾ ਨੰਬਰ ਚੜ੍ਹਨ ਲੱਗੇ ਤੇ ਅਮਨ ਜੀ ਦੇ ਹਿੱਸੇ ਜੇ ਇੱਕ ਕਿੱਲਾ ਸੀਗਾ ਤੇ ਇੱਕ ਕਿੱਲੇ ਚ 10 ਹਿੱਸੇ ਹੋਏ ਨੇ, ਉਹ 10 ਹਿੱਸੇ 10 ਵਾਰੀ ਥੋੜੀ ਵਿਕ ਜਾਣਗੇ, ਬਿਲਕੁਲ ਬਿਲਕੁਲ ਜੀ, ਪਰ 10 ਤੇ 10 ਹੀ ਰਹਿਣਗੇ, ਉਹ ਅਗਲੀ ਵਾਰੀ ਵਿਕਣਗੇ। ਮੱਲਣ ਸਾਹਿਬ, ਇੱਕ ਤੁਸੀਂ ਪਿਛਲੇ ਦਿਨਾਂ ਵਿੱਚ ਇੱਕ ਗੱਲ ਆਖੀ ਸੀ ਕਿ ਹੁਣ ਕੇਂਦਰ ਸਰਕਾਰ ਭਾਰਤ ਸਰਕਾਰ ਇੱਕ ਅਜਿਹਾ ਐਕਟ ਲੈ ਕੇ ਆ ਰਹੀ ਹੈ ਕਿ ਜਿਹਦੇ ਨਾਲ ਜਿਹੜੇ ਮਾਲਕ ਮਕਾਨ ਹੈਗੇ ਨੇ ਉਹ ਥੋੜ੍ਹੇ ਸਿਕਿਓਰ ਹੋ ਜਾਣਗੇ, ਜਿਵੇਂ ਆਪਣੇ ਮਕਾਨਾਂ ਨੂੰ ਕਿਰਾਏ ਉੱਤੇ ਦੇਣਾ ਹੁੰਦਾ, ਬਹੁਤ ਸਾਰੇ NRI ਬਾਹਰ ਬੈਠੇ ਹੁੰਦੇ ਨੇ, ਉਹ ਜਦੋਂ ਆਪਣੇ ਮਕਾਨ ਇੱਥੇ ਕਿਰਾਏ 'ਤੇ ਦਿੰਦੇ ਨੇ ਅਤੇ ਉਹਨਾਂ ਦੇ ਜਿਹੜੇ ਕਿਰਾਏਦਾਰ ਹੁੰਦੇ ਨੇ ਹੌਲੀ ਹੌਲੀ ਉਹ ਕਬਜ਼ਾ ਕਰਨਾ ਸ਼ੁਰੂ ਕਰ ਦਿੰਦੇ ਨੇ, ਸਟੇ ਲੈ ਆਉਂਦੇ ਨੇ, ਉਹ ਫਿਰ ਕੇਸ ਲੰਮੇ ਚੱਲਦੇ ਰਹਿੰਦੇ ਨੇ, ਖੱਜਲ ਖੁਆਰੀ ਹੁੰਦੀ ਰਹਿੰਦੀ ਆ, ਅਖੀਰ ਬਹੁਤ ਸਾਰੇ ਕੇਸਾਂ ਦਾ ਨਤੀਜਾ ਤਾਂ ਇਹ ਹੁੰਦਾ ਹੈ ਕਿ ਕਿਰਾਏਦਾਰਾਂ ਦੇ ਵਿਰੁੱਧ ਜਿਹੜਾ ਹੁਕਮ ਆਉਂਦਾ ਹੈ ਅਦਾਲਤਾਂ ਦਾ, ਪਰ ਫਿਰ ਵੀ ਜਿਹੜੀ ਖੱਜਲ ਖੁਆਰੀ ਹੈਗੀ ਹੈ ਇਹ ਹਟਦੀ ਨਹੀਂ ਹੈਗੀ, ਖੱਜਲ ਖੁਆਰੀ। ਇਸ ਕਰਕੇ ਉਹ ਜਿਹੜਾ ਐਕਟ ਦੀ ਤੁਸੀਂ ਗੱਲ ਕਰ ਰਹੇ ਸੀ, ਉਹ ਐਕਟ ਆ ਗਿਆ, ਆਉਣਾ ਹੈ ਜਾਂ ਹਾਲੇ ਹੋਰ ਸਮਾਂ ਲੱਗੂਗਾ ਉਸਨੂੰ? ਉਹਦੇ ਵਿੱਚ ਵੀ ਜਿਹੜੀ ਇੱਕ ਲਕੂਨਾ ਉਹਨਾਂ ਨੇ ਦੇ ਦਿੱਤਾ, ਲਕੂਨਾ ਦੇ ਦਿੱਤਾ ਕਿ ਇਹਦੇ ਵਿੱਚ DC ਸੁਣਵਾਈ ਕਰੇਗਾ, DC ਸੁਣਵਾਈ ਕਰੇਗਾ ਉਹਦੇ ਵਿੱਚ। ਹਾਂ, ਮਤਲਬ ਜਿਹੜੀ ਸਿਵਲ ਕੋਰਟ ਹੈ ਉਹਦੀਆਂ ਪਾਵਰਾਂ ਖਤਮ ਕਰਕੇ DC SDM ਸੁਣਵਾਈ ਕਰੇਗਾ, ਉਹਦੇ ਕੋਲ ਵਿਚਾਰਨ ਦਾ ਪਹਿਲਾ ਟਾਈਮ ਨਹੀਂ। ਜਿਹੜੀਆਂ ਜਿਵੇਂ ਸੀਨੀਅਰ ਸਿਟੀਜ਼ਨ ਐਕਟ ਦੀ ਮੈਂ ਬਾਰ ਬਾਰ ਐਗਜ਼ਾਮਪਲ ਦਿੰਦਾ, ਉਹਦੇ ਵਿੱਚ ਲਾਅ ਹੈ ਕਿ 90 ਦਿਨਾਂ ਦੇ ਅੰਦਰ ਅੰਦਰ ਸੀਨੀਅਰ ਸਿਟੀਜ਼ਨ ਐਕਟ ਦਾ ਫੈਸਲਾ ਸੁਣਾ ਦਿੱਤਾ ਜਾਏਗਾ। DC ਸਾਹਿਬ ਉਹਦਾ ਫੈਸਲਾ ਹੀ ਨਹੀਂ ਸੁਣਾਉਂਦੇ, 3-3 ਸਾਲ ਪੁਰਾਣੇ ਕੇਸ ਮੈਂ ਦਿਖਾ ਦਿੰਦਾ ਜਿਹਦੇ 'ਚ ਦੂਜੀ ਪਾਰਟੀ ਸੰਮਨ ਹੀ ਨਹੀਂ ਕਰ ਸਕੇ, ਕਿਉਂਕਿ DC ਸਾਹਿਬ ਕੋਲ ਇਕੱਲੀ ਅਦਾਲਤ ਲਾਉਣ ਦਾ ਕੰਮ ਨਹੀਂ ਹੈ, DC ਸਾਹਿਬ ਕੋਲ ਰੈਵਨਿਊ ਰਿਕਾਰਡ ਦਾ ਕੰਮ ਵੀ ਹੈ, ਐਡਮਿਨਿਸਟ੍ਰੇਟਿਵ ਪਾਵਰਾਂ ਵੀ ਨੇ, 20-30 ਕੰਮ ਦਿੱਤੇ ਨੇ। ਨੋ ਡਾਊਟ ਉਹਨਾਂ ਥੱਲੇ ਨਫ਼ਰੀ ਬਹੁਤ ਜ਼ਿਆਦਾ ਹੈ, ਕਿਸੇ ਇੱਕ SDM ਸਾਹਿਬ ਨੂੰ ਪਰਮਾਨੈਂਟ ਅਦਾਲਤ ਲਵਾ ਦੇਣ, ਦੂਜੇ SDM ਨੂੰ ਐਡਮਿਨਿਸਟ੍ਰੇਟਿਵ ਦੇ ਦੇਣ, ਉਹ ਲੋਕ ਪਤਾ ਨਹੀਂ ਉਹ ਕਿਸ ਲਈ ਕਰ ਰਹੇ, ਤੇ ਉਹਦੇ ਵਿੱਚ ਉਸ ਕਰਕੇ ਥੋੜੀ ਜਿਹੀ ਸ਼ਾਇਦ ਅੜਚਨ ਆਈ ਹੈ, ਰੁਕਿਆ ਹੈ ਮਾਮਲਾ, ਜਿਹਦੇ ਵਿੱਚ ਕੁਛ ਵਕੀਲਾਂ ਨੇ ਵੀ ਵਿਰੋਧ ਜਤਾਇਆ ਕਿ ਇਹਨੂੰ ਜੁਡੀਸ਼ੀਅਲ ਪਾਵਰਾਂ 'ਚ ਰਹਿਣ ਦਿਓ, ਘੱਟੋ ਘੱਟ ਇਫੈਕਟਿਵਿਟੀ ਕੁਛ DC ਨਾਲੋਂ ਤਾਂ ਕਈ ਗੁਣਾ ਵੱਧ ਗਈ ਹੈ, ਕਿਉਂਕਿ ਬਿਊਰੋਕਰੇਸੀ ਨੂੰ ਖਰੀਦਣਾ ਤਾਂ ਬੜਾ ਸੌਖਾ ਹੁੰਦਾ ਹੈ। ਆਮ ਤੌਰ 'ਤੇ ਲੋਕਾਂ ਦਾ ਵੀ ਮੰਨਣਾ ਹੈ ਕਿ ਬਿਊਰੋਕਰੇਸਾਂ ਨੂੰ ਲੋਕ, ਵੱਡੇ ਜਿਹੜੇ ਲੋਕ ਹੈਗੇ ਨੇ, ਉਹ ਖਰੀਦ ਲੈਂਦੇ ਨੇ। ਜਦੋਂ ਕਿਸੇ ਆਮ ਛੋਟੇ ਇਨਸਾਨ ਨਾਲ ਜਾਂ ਗਰੀਬ ਇਨਸਾਨ ਨਾਲ ਠੱਗੀ ਹੁੰਦੀ ਹੈ ਤਾਂ ਉਸ ਨੂੰ ਇਨਸਾਫ ਮਿਲਣਾ ਬੜਾ ਔਖਾ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਹੈ, DC ਨੂੰ ਪਾਵਰਾਂ ਦੇ ਦਿੱਤੀਆਂ ਜਾਂਦੀਆਂ ਨੇ ਜੁਡੀਸ਼ਰੀ ਦੇ ਖੋਹ ਕੇ, ਅਤੇ ਉਸ ਨਾਲ ਮਸਲਾ ਤੁਹਾਨੂੰ ਲੱਗਦਾ ਕਿ ਹੋਰ ਗੁੰਝਲਦਾਰ ਹੋ ਜਾਏਗਾ? ਮੈਂ ਕਹਿੰਦਾ ਬਰਬਾਦ ਹੋ ਜਾਏਗਾ ਮਸਲਾ। ਕਾਨੂੰਨ ਜਿੰਨਾ ਮਰਜ਼ੀ ਵਧੀਆ ਹੋਵੇ, ਜਦੋਂ ਉਹਦਾ ਇੰਪਲੀਮੈਂਟਰੀ ਚੰਗਾ ਨਹੀਂ ਤੇ ਫਿਰ ਆਪਾਂ ਕਾਨੂੰਨ ਦੀ ਧਾਰਾ ਤੋਂ ਜਾਂ ਕਾਨੂੰਨ ਤੋਂ ਕੀ ਉਮੀਦ। ਮੈਂ ਕਹੀ ਤੇ ਜਾਂਦਾ ਸੀਨੀਅਰ ਸਿਟੀਜ਼ਨ ਐਕਟ ਦੀ ਧਾਰਾ 'ਚ ਸ਼ਰੇਆਮ ਲਿਖਿਆ ਫੈਸਲਾ ਮੁੱਕੇ 90 ਦਿਨਾਂ 'ਚ, 3 ਸਾਲ ਤੱਕ ਸਮਨਿੰਗ ਨਹੀਂ ਕਰਾ ਪਾਏ। ਅੰਮ੍ਰਿਤਸਰ ਦਾ ਕੇਸ ਹੈ, ਮੈਂ ਤੁਹਾਨੂੰ ਡਿਟੇਲ ਦੇ ਦਿੰਦਾ, ਸਟਿੰਗ ਕਰ ਲਓ। ਮਲਕ ਸਾਹਿਬ, ਫਿਰ ਤੁਹਾਡੀ ਰਾਏ ਕੀ ਹੈਗੀ ਹੈ? ਕੀ ਤੁਸੀਂ ਸਲਾਹ ਦੇਣਾ ਚਾਹੋਗੇ ਕਿ ਜਿਹੜੇ ਮਾਲਕ ਮਕਾਨ ਨੇ ਉਹ ਭਾਵੇਂ ਆਪਣੇ ਦੇਸ਼ ਵਿੱਚ ਬੈਠੇ ਨੇ, ਭਾਵੇਂ ਵਿਦੇਸ਼ਾਂ ਵਿੱਚ ਬੈਠੇ ਨੇ, ਆਪਣੇ NRI ਵੀਰ ਹੈਗੇ ਨੇ, ਅਤੇ ਜੇ ਉਹ ਆਪਣੀ ਪ੍ਰੋਪਰਟੀ ਨੂੰ ਕਿਰਾਏ ਉੱਤੇ ਦੇਣਾ ਚਾਹੁੰਦੇ ਨੇ ਤਾਂ ਉਹ ਸਿਕਿਉਰ ਕਿਵੇਂ ਹੋ ਸਕਣ? ਉਹਨਾਂ ਨੂੰ ਕਿਵੇਂ ਭਰੋਸਾ ਹੋਵੇ ਕਿ ਅਸੀਂ ਸਹੀ ਹੱਥਾਂ ਦੇ ਵਿੱਚ ਕਿਰਾਏਦਾਰਾਂ ਨੂੰ ਦਿੱਤਾ ਕਿ ਕੱਲ੍ਹ ਨੂੰ ਕੋਈ ਕਬਜ਼ਾ ਕਰਨ ਦਾ ਜਿਹੜਾ ਹੈਗਾ ਉਹ ਰਾਹ ਖੁੱਲ੍ਹਾ ਨਾ ਰਹਿ ਜਾਵੇ? ਇਸ ਕਰਕੇ ਤੁਸੀਂ ਕੀ ਰਾਏ ਦਿਓਗੇ, ਕੀ ਕਾਨੂੰਨ ਹੋਣਾ ਚਾਹੀਦਾ, ਕੀ ਬਦਲਾਅ ਕੀਤਾ ਜਾਣਾ ਚਾਹੀਦਾ? ਕਾਨੂੰਨ ਤੋਂ ਇਲਾਵਾ ਪਹਿਲਾਂ ਜਿਹੜੀ ਮੇਰੀ ਡਿਊਟੀ ਬਣਦੀ ਹੈ ਬੀਇੰਗ ਲੈਂਡਲੋਰਡ, ਮੈਂ ਉਹ ਪਹਿਲਾਂ ਦੱਸਣਾ ਚਾਹਾਂਗਾ। ਸਭ ਤੋਂ ਪਹਿਲਾਂ ਤਾਂ ਜਿਹੜੇ ਕਿਰਾਏਦਾਰ ਨੂੰ ਤੁਸੀਂ ਰਾਈਟਸ ਦੇਣੇ ਆ ਉਹ ਬੜੇ ਰਿਸਟ੍ਰਿਕਟਿਡ ਤੇ ਲਿਮਿਟਿਡ ਹੋਣੇ ਚਾਹੀਦੇ ਆ। ਉਹਦੇ ਵਿੱਚ ਬਿਜਲੀ ਦੇ ਬਿੱਲ ਦੀ ਡਿਟੇਲ, ਪਾਣੀ ਦੇ ਬਿੱਲ ਦੀ ਡਿਟੇਲ, ਉਹਦਾ ਮੀਟਰ ਨੰਬਰ, ਉਹ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ। ਜਿੰਨਾ ਤੁਸੀਂ ਕਿਰਾਇਆ ਲਿਖਿਆ ਉਹਦੀ ਜਾਂ ਤੇ ECS ਫਾਰਮ ਸਾਈਨ ਕਰਾ ਕੇ ਆਪਣੇ ਕੋਲ ਲਵੋ, ਜਾਂ ਉਹਦੇ ਕੋਲੋਂ 3 ਸਾਲ ਜਾਂ 5 ਸਾਲ ਦੀ ਕਿਰਾਇਆ ਦਿੱਤਾ, ਜਿੰਨੀ ਵੀ ਵਾਅਦਾ ਕਰਨਾ ਹੈ ਅਸੀਂ ਉਹਦੇ 5 ਸਾਲਾਂ ਦੇ ਚੈੱਕ ਲਵੋ, ਪਲੱਸ ਕਿਸੇ ਅਮਾਊਂਟ ਦਾ ਸਿਕਿਉਰਿਟੀ ਚੈੱਕ ਵੀ ਲਵੋ, ਔਰ ਉਹਨੂੰ ਆਪਣੀ ਕਿਰਾਏ ਨਾਮੇ 'ਚ ਡੀਡ ਵਿੱਚ ਉਹਦਾ ਜ਼ਿਕਰ ਕਰੋ, ਲਾਇਬਲ ਚੈੱਕ ਨੰਬਰ, ਇਸ ਪਰਪਸ ਲਈ ਮੈਂ ਇਹਦੇ ਕੋਲ ਰੱਖਿਆ। ਫਿਰ ਉਹਦੇ ਵਿੱਚ ਜੁਰਮਾਨੇ ਦਾ ਜ਼ਿਕਰ ਕਰੋ, ਮੰਨ ਲਓ ਮੈਂ ਕਿਰਾਏ ਤੇ ਜ਼ਮੀਨ ਦਿੱਤੀ ਹੈ ਕਿ ਇਹ ਘਰ ਦਿੱਤਾ, ਤੇ ਲਿਖਾਂਗਾ ਕਿ ਜਿਹੜਾ ਵੀ ਮੇਰਾ ਕਿਰਾਇਆ ਬਣਦਾ ਉਹ ਅਮਨ ਮੋਹਨ ਜੀ ਮੈਨੂੰ ਚੜ੍ਹਦੇ ਮਹੀਨੇ ਦੀ 7 ਤਰੀਕ ਤੋਂ ਪਹਿਲਾਂ ਮੇਰੇ ਖਾਤੇ 'ਚ ਪਾਉਣਗੇ, ਪੱਕੇ ਚਲਾਓ, ਕੋਈ ਦਿੱਕਤ ਨਹੀਂ। ਜੇ 7 ਤਰੀਕ ਤੋਂ ਨਹੀਂ ਪਾਉਣਗੇ ਤੇ 8 ਤਰੀਕ ਨੂੰ 500 ਰੁਪਏ ਜੁਰਮਾਨਾ, ਕਿਰਾਇਆ ਪਲੱਸ 500 ਰੁਪਏ ਜੁਰਮਾਨਾ ਦੇਣਾ ਪਏਗਾ।
9 तरीक ਨੂੰ 500 ਦੀ ਜਗ੍ਹਾ 1000 ਹੋ ਜਾਏਗਾ ਪਲੱਸ 8ਵੀਂ ਤਰੀਕ ਦਾ ਕਿਰਾਇਆ ਯਾਨੀ ਕਿ 1500 ਰੁਪਏ ਆ ਜਾਏਗਾ ਐਗਜ਼ਾਮਪਲ ਦੇ ਰਿਹਾ ਉਹਦੇ ਵਿੱਚ ਜੁਰਮਾਨੇ ਦਾ ਜ਼ਿਕਰ ਕਰੋ ਫਿਰ ਜੇ ਉਹ ਮੰਨ ਲਓ 15 ਦਿਨ ਤੱਕ ਕੰਸੀਕਿਊਟਿਵਲੀ ਕਿਰਾਇਆ ਨਹੀਂ ਦੇ ਸਕਦੇ ਤੇ 1 ਲੱਖ ਰੁਪਏ ਜੁਰਮਾਨਾ ਦੇਣਾ ਪਏਗਾ ਜਾਂ 10,000 ਰੁਪਏ ਜੁਰਮਾਨਾ ਦੇਣਾ ਪਏਗਾ ਔਰ ਪਲੱਸ ਜੇ ਮੈਨੂੰ ਵਕੀਲ ਕਰਕੇ ਨੋਟਿਸ ਦੇਣਾ ਪਿਆ ਉਹਦੀ ਕਾਸਟ ਵਾਸਤੇ ਅੱਜ ਹੀ ਮੈਂ 1 ਲੱਖ ਰੁਪਏ ਦਾ ਚੈੱਕ ਬਤੌਰ रख रहा उदन मैं करा लांगा जो आप मोनिटरी टर्म लिखिया हो अपने किराएनामे असू चैक साढ़े को चैक बाउंस होगा 138 के केस भी अंदर जाएगा प्लस किराया भी देना पेगा वो सारे राइट फिर साढ़े को आ जाएंगे असी एक्सरसाइज कर पावे जी मल्लन साहब मल्लन साहब ये मैं थोड़ी गल पिछे टुक रहा ये तुहानू नहीं लगता कि कोई मिसयूज भी कर सकता मालक मकान बाई चांस कोई किराएदार एक साल का जिवें एग्रीमेंट होया उस तो पहले ही किराएदार छड़ के चला जाता है तो एग्रीमेंट लिखा हुआ है कि यह किराएदार मेरे को एक साल तक रहेगा तो मैं इस ढंग नाल पैसे पे करता रहूगा तो जो कल कोई 19-21 गल हो जाती दोवें तो वह मालक मकान कह सकता है कि आ देखो जी ये बंदा मेरे को रहा इन्हें किराया मेरा बंद कर दिता तो ये हूँ मेरा किराया नहीं दे रहा तो इस करके जो किराएदार सिक्योर करना हो कर सकते हैं किराएदार सिक्योर करना होवे अपना लॉकिंग पीरियड लिखा जाता है किराए कि मैं 6 महीने मिनीम पैसे दऊंगा ही दऊंगा या 1 साल मिनीम लॉकिंग पीरियड जो मैं छड़ के भी जाऊंगा तो 1 साल के पैसे मकान मालक रख सकता फॉर एग्जाम्पल या 2 महीने की लॉकिंग पीरियड 1 महीने का लॉकिंग पीरियड जो भी रखना चाहे दूसरी गल जेड़े भी चैक देगा उसकी रसीद लगेगा कि अवले चैक इन्नी अमाउंट का भर के या उन्होंने चैकों की फोटो कापी के रिसीविंग लेगा तो ना लिखाएगा कि मैं इन्होंने मिसयूज नहीं करांगा जो तरीक पड़ी हुई है उस तरीक नूं इनकैश होणगे जान तो पहला अपना चाबी उदों फड़ाएगा जो वालों चैक मिल जाएंगे नहीं तो जान तो बाद जे मान लो किराए मकान मालक हुण बदमाश है उन्होंने लीगल लेके बैंक विच स्टॉप पेमेंट की एंट्री करा के वो चाबी उस तो बाद देगा जब तक उसकी रेंट डीड पाड़ी नहीं जाती है खत्म नहीं होती तो उन्हें बाकी वगैरह चेक नहीं मिलते जी 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 सो इन्ना विश्वास तो आपस बनाना पड़ेगा जो विश्वास कोई है तो वह कितने ना कि सिंह दोवे पासे फसणगे सिंह दोवे पासे फसणगे बिल्कुल मैं भी चंडीगढ़ चिक किराया मेरा भी अपना मकान नहीं है मेरे भी मकान मालक ने मेरी टर्म्स बहुत वधिया मैं 10 तरीक का वक्त 28-29 तरीक नूं मेरा किराया पै जांदा और अज आपां वड्डे भरा वांगू उन्हां नूं इज्जत दिंदे आ प्यार दिंदे आ जी 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 ते ओह सानूं प्यार दिंदे ने जदों तुहाडी नीयत साफ है भाजी कोई लड़ाई झगड़ा नहीं हुंदा ठीक लड़ाई झगड़ा जी उदों नीयत माड़ी हो जाए किसी ठगी मारन की नीयत मेरे अंदर आ गए या सामने वाले अंदर आ गए मेरे तो घर दीयां चाबियां उन्हां कोल रहिंदियां जदों मैं चंडीगढ़ बाहर जांदा ठीक है जी मैनूं कदी फर्क ही नहीं बिल्कुल जी सो मैं अपने दर्शकों को दस देना चाहना कि प्रोग्राम तुसी लाइव देख रहे हो सीनियर एडवोकेट सुनील मल्लन जी साढ़े नाल जुड़े हुए हैं जे तुसी किसी तरह की कोई भी इनफॉर्मेशन लेना चाहते हो सलाह लेना चाहते हो कानूनी केसों के विच तां तुसी स्क्रीन के उत्ते जिहड़े नंबर चल रहे हैं उस उत्ते कॉल करके तुसी सीधी गलबात कर सकते हो एडवोकेट सुनील मल्लन जी नाल अपनी जिहड़ी मुश्किल हैगी है तुसी उन्हां नाल सांझी कर सकते हो ते जे परसनल तुसीं कॉल करनी है तो उन्होंने तस्वीर के हेठा उन्होंने जो नंबर चल रहा है तुसीं उस उत्ते भी कॉल कर सकते हो पर वो प्रोग्राम खत्म होने तो बाद कर सकते हो तुसीं ते उहदा तुसीं लाइव जो स्क्रीन के थले हेठा नंबर चल रहा है उस उत्ते कॉल करके कोई भी जी कानूनी सलाह हैगी है तुसीं लै सकते हो मल्लन साहब बहुत सारे केस अजे आउंदे ने NRI धोखेबाज लाड़ी लाड़ियां दे केस हाले भी नहीं रुक रहे हाले भी जिहड़ियां अखबारां हैगियां वो भरियां रहियां भावें करोना संकट सीगा देश करोना दे नाल जूझ रहा सीगा दुनिया करोना नाल जूझ रही सी अखबारां फिर धोखाधड़ी वाले केसां नाल भरियां होईयां सीगियां तो बहुत सारे केस हाले भी यही आ रहे हैं कि कुड़ी दे उत्ते 35 लाख रुपया लाया मुंडिया ने कुड़ी चली गई विदेश उस तो बाद उत्थे जाके उसने फोन बंद करता बुलाना बंद करता मुंडा उत्थे गया तो उसने जेल च जाने दी धमकियां दित्तियां ये लगभग सारे ही सिमिलर केस जे लग रहे हैं इक्को वर्गी केस लग रहे हैं हरेक अखबार की सुरखी तो भावें अड उड़दी है पर अंदर जो मैटर जो लगभग उही हुंदा नाम चेंज हो जाते हैं कि लग रहा तुहानू कि एक दुकानदारी खुल चुकी है व्याहां दे मामले दे विच भी विदेश जाने के मामले से भाजी 100% मैं सही गल कहूंगा शब्द बिल्कुल सही वरते हैं कि दुकानदारी चल रही है बैंड ना व्याह हो रहा बैंड बैंड साढ़े पांच
ਸਾਢੇ 6 ਬੈਂਡ ਨਾਲ ਸਾਢੇ 7 ਬੈਂਡ ਨਾਲ ਜੀ 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 ਤੇ ਉਹ ਸ਼ਰੇਆਮ ਤੁਸੀਂ ਕੋਈ ਵੀ ਪੰਜਾਬੀ ਅਖਬਾਰ ਚੱਕ ਲਓ ਤੇ ਉਹਦੇ 'ਚ ਲਿਖਿਆ ਹੁੰਦਾ ਕਿ ਸਾਢੇ 5 ਬੈਂਡ ਲਈ ਵਾਲੀ ਲੜਕੀ ਲਈ ਵਿਆਹ ਤੇ ਪੈਸੇ ਖਰਚਣ ਵਾਲਾ ਮੁੰਡਾ ਚਾਹੀਦਾ ਜਾਂ ਵਾਈਸ ਵਰਸਾ ਬਿਲਕੁਲ ਸਾਢੇ 5 ਬੈਂਡ ਮੁੰਡੇ ਨੇ ਲੈ ਲੈਣੇ ਮੈਂ ਤੁਹਾਨੂੰ ਸਰ ਬੈਂਡ ਤੋਂ ਇਲਾਵਾ ਵੱਡਾ ਕੇਸ ਸੁਣਾਉਂਦਾ ਅੱਜ ਰੀਸੈਂਟਲੀ ਮੈਂ ਡੀਲ ਕਰ ਰਿਹਾ ਲੜਕਾ ਮਾਈਕਰੋਸਾਫਟ ਵਰਗੀ ਕੰਪਨੀ 'ਚ ਇੰਜੀਨੀਅਰ ਹੈ 10-12 ਲੱਖ ਰੁਪਏ ਸੈਲਰੀ ਦੇ ਮਹੀਨੇ ਦੀ ਗੋ ਆਪਣੀ ਉਹ ਵੈਲਡਿੰਗ ਵੈਬਸਾਈਟ ਜਿਹੜੀ ਹੈਗੀ ਹੈ ਕੀ ਨਾ ਜਿਹੜੀ ਵੀ ਹੈਗੀ ਹੈ ਉਹਦੇ ਥਰੂ ਸ਼ਾਦੀ .com ਵਰਗੀਆਂ ਹਾਂਜੀ ਹਾਂਜੀ ਉਹਦੇ ਰਿਸ਼ਤਾ ਤੈਅ ਹੁੰਦਾ ਹੈ ਰਿਸ਼ਤੇ 'ਚ ਗੱਲ ਕਲੀਅਰ ਹੋ ਜਾਂਦੀ ਕਿ ਲੜਕੀ ਨੂੰ ਅਸੀਂ ਅਮੈਰੀਕਾ ਲੈ ਕੇ ਜਾਣਾ ਮੁੰਡਾ USA 'ਚ ਹੈ ਮਾਈਕਰੋਸਾਫਟ ਲੱਗਿਆ USA ਸੈਟਲ ਮਤਲਬ ਉੱਥੇ ਰਹਿ ਰਿਹਾ ਤੇ ਵਰਕ ਵੀਜ਼ੇ ਤੇ ਹੈ ਵਿਆਹ ਹੋਣ ਤੋਂ ਬਾਅਦ ਲੜਕੀ ਅਮੈਰੀਕਾ ਵੀਜ਼ਾ ਲੱਗਦਾ ਸਪਾਊਸ ਵੀਜ਼ਾ ਉੱਥੇ ਜਾਂਦੀ ਹੈ ਜਾਣ ਤੋਂ ਬਾਅਦ ਉੱਥੇ 5-7 ਮਹੀਨੇ ਰਹਿੰਦੀ ਹੈ ਰਹਿਣ ਤੋਂ ਬਾਅਦ ਜਿੱਦ ਕਰਦੀ ਹੈ ਕਿ ਮੈਂ ਇੰਡੀਆ ਵਾਪਸ ਜਾਣਾ ਲੜਕਾ ਸੋਚਦਾ ਵਾਕਈ ਮਾਂ ਪਿਓ ਨੂੰ ਛੱਡਿਆ ਦੇਰ ਹੋ ਗਈ ਹੈ ਅੱਛਾ ਲੜਕਾ ਇਨ ਬਿਟਵੀਨ ਉਹਦਾ ਓਪਨ ਵਰਕ ਪਰਮਿਟ ਵੀ ਲਵਾਉਂਦਾ ਸਾਰੇ ਕੰਮ ਕਰਾਉਂਦਾ ਉਹਦੇ ਲਈ ਜੋ ਵੀ ਵੱਡਾ ਕਰ ਲੈਂਦਾ ਸਭ ਕੁਛ ਕਰਦਾ ਲੜਕੀ ਉੱਥੋਂ ਸਹੁਰੇ ਕੁੜੀ ਦੇ ਬੰਬੇ ਹੈ ਤੇ ਪੇਕੇ ਮੁਹਾਲੀ ਹੈ ਅੱਛਾ ਜੀ ਮੁੰਡਾ ਕਹਿੰਦਾ ਕਿ ਤੂੰ ਪਹਿਲਾਂ ਬੰਬੇ ਜਾ ਜੋ ਅਸੂਲ ਤੇ ਉੱਥੋਂ ਮੰਮੀ ਡੈਡੀ ਨੂੰ ਮਿਲ ਕੇ ਚਾਹੇ ਅਗਲੇ ਦਿਨ ਦੀ ਫਲਾਈਟ ਲੈ ਕੇ ਤੇ ਮੁਹਾਲੀ ਚਲੀ ਜਾ ਕੋਈ ਦਿੱਕਤ ਤੇਰੀ ਫਲਾਈਟ ਮੈਂ ਬੁੱਕ ਕਰਾ ਦਿੰਦਾ ਪਰ 2 ਦਿਨ ਮੰਮੀ ਹੋਣਾ ਕੋਈ ਵੀ ਲੈ ਕੇ ਜਾ ਤੇ ਸਾਰਾ ਚੰਗਾ ਕਰਤੀ ਕਿ ਮੈਂ ਤੇ ਸਿੱਧਾ ਚੰਡੀਗੜ੍ਹ ਜਾਣਾ ਚੰਡੀਗੜ੍ਹ ਜਾਂਦੀ ਹੈ ਜਾਣ ਤੋਂ ਬਾਅਦ 2-4 ਦਿਨਾਂ ਬਾਅਦ ਆਪਣਾ ਮੋਬਾਈਲ ਆਫ ਕੰਟੈਕਟ ਬੰਦ ਤੇ ਲੜਕਾ ਲੜਕੀ ਨੂੰ ਵੀ ਕੰਟੈਕਟ ਕਰਨ ਦੀ ਕੋਸ਼ਿਸ਼ ਕਰਦਾ ਉਹਦੇ ਪੇਰੈਂਟਸ ਨੂੰ ਫੋਨ ਕਰਦਾ ਤੇ ਪੇਰੈਂਟ ਕਹਿੰਦੇ ਸਾਨੂੰ ਪਤਾ ਹੀ ਨਹੀਂ ਸਾਡੀ ਕੁੜੀ ਕਿੱਥੇ ਅੱਛਾ ਜੀ ਇਹ ਗੱਲ ਪੋਸੀਬਲ ਹੈ ਹਲਕ ਤੋਂ ਥੱਲੇ ਉਤਰਦੀ ਹੈ ਕਿਆ ਇਹ ਗੱਲ ਮੇਰਾ ਭਰਾ ਅੱਜ ਵਾਪਸ ਆਇਆ ਨਹੀਂ ਆਇਆ ਮੈਨੂੰ ਨਹੀਂ ਇਨਫੋਰਮੇਸ਼ਨ ਹੋਏਗੀ ਮਾਂ ਪਿਓ ਵੀ ਉਸ ਲੜਕੀ ਦਾ ਸਾਥ ਦਿੰਦੇ ਆ ਉਸ ਤੋਂ ਬਾਅਦ ਮਤਲਬ ਸਾਲ ਬੀਤਦਾ ਉਹ ਲੜਕਾ ਬਾਰ ਬਾਰ ਚਿੱਠੀਆਂ ਪਾਉਂਦਾ ਫੋਨ ਕਰਦਾ ਜਦੋਂ ਕੁਛ ਨਹੀਂ ਪਤਾ ਲੱਗਦਾ ਪਰ ਉਹਨੂੰ ਕਿਸੇ ਤਰੀਕੇ ਇੱਕ ਦਿਨ ਉਹਦੇ ਮੋਬਾਈਲ ਤੇ ਮੈਸੇਜ ਆਉਂਦਾ ਵੀ ਕੈਨੇਡਾ 'ਚ ਕਿਸੇ ਨੇ ਫਲੈਟ ਬੁੱਕ ਕੀਤਾ ਉਹਦਾ ਕ੍ਰੈਡਿਟ ਕਾਰਡ ਯੂਜ ਕਰਕੇ ਅੱਛਾ ਜੀ ਯਾਨੀ ਕਿ ਉਹਦੀ ਵਾਈਫ ਕੋਲ ਹੀ ਕ੍ਰੈਡਿਟ ਕਾਰਡ ਦਾ ਨੰਬਰ ਸੀ ਉਹਨੇ ਕਿਤੇ ਗਲਤ ਪੇਮੈਂਟ ਕੀਤੀ ਉਹਨੂੰ ਬਾਅਦ 'ਚੋਂ ਯਾਦ ਆਇਆ ਇਹ ਤੇ ਮੈਸੇਜ ਚੱਲ ਜਾਏਗਾ ਉਹਦੇ ਤੱਕ ਉਹਨੂੰ ਟਰੈਕ ਕਰਕੇ ਬਲੌਕ ਕਰਦਾ ਚਲੋ ਉੱਥੋਂ ਉਹਨੂੰ ਪਤਾ ਲੱਗ ਜਾਂਦਾ ਕਿ ਵਾਈਫ ਉਹਦੀ ਕੈਨੇਡਾ ਚਲ ਗਈ ਹੈ ਫਿਰ ਉਹ ਆਪਣੇ ਸਹੁਰੇ ਨਾਲ ਗੱਲ ਕਰਦਾ ਐਂਡ ਸੋ ਔਨ ਫਿਰ ਉਹਨੂੰ ਪਤਾ ਲੱਗਦਾ ਕਿ ਵਾਈਫ ਕੈਨੇਡਾ ਚਲ ਗਈ ਹੈ ਕੈਨੇਡਾ ਚਲ ਗਈ ਠੀਕ ਹੈ ਜੀ ਉਸ ਤੋਂ ਬਾਅਦ ਉਹਨਾਂ ਨੂੰ ਤਰਲੇ ਕੱਢਦਾ ਕਿ ਜੇ ਤੁਸੀਂ ਮੇਰੇ ਨਾਲ ਨਹੀਂ ਰਹਿਣਾ ਚਾਹੁੰਦੇ ਤਾਂ ਮੈਨੂੰ ਦੱਸੋ ਤੇ ਜੇ ਮੇਰੇ ਨਾਲ ਰਹਿਣਾ ਚਾਹੁੰਦੇ ਹੋ ਤੇ ਤਾਂ ਦੱਸੋ ਹੁਣ ਇਹਦੇ ਵਿੱਚ ਲੜਕੀ ਵਾਲੇ ਤੁਹਾਨੂੰ ਕੀ ਲੱਗਦਾ ਵੀ ਲੜਕੀ ਵਾਲਿਆਂ ਨੇ ਕੀ ਕੀਤਾ ਹੋਇਆ ਸਰ ਤੁਸੀਂ ਥੋੜ੍ਹਾ ਜਿਹਾ ਓਪੀਨੀਅਨ ਨਹੀਂ ਮੈਂ ਹਾਲੇ ਜਾਂ ਸੱਚਾਈ ਪਤਾ ਨਹੀਂ ਹੋਇਆ ਐਵੇਂ ਓਪੀਨੀਅਨ ਦੇਣ ਦਾ ਕੋਈ ਫਾਇਦਾ ਨਹੀਂ ਤੁਸੀਂ ਸੁਣਾਓ ਕਹਾਣੀ ਸੁਣ ਰਿਹਾ ਤੁਹਾਡੀ ਫਿਰ ਜ਼ਰੂਰ ਦਾਂਗੇ ਓਪੀਨੀਅਨ ਲੜਕੀ ਵਾਲੇ ਕਹਿੰਦੇ ਜੀ ਵੀ ਮੁੰਡੇ ਨੇ ਸਾਡੀ ਕੁੜੀ ਦੀ ਜ਼ਿੰਦਗੀ ਬਰਬਾਦ ਕਰਤੀ ਹੈ 1 ਕਰੋੜ ਰੁਪਏ ਦੇ ਦੋ ਦੱਸੋ ਜਾਇਜ਼ ਲੱਗਦੀ ਹੈ ਗੱਲ ਲੜਕੀ ਨੂੰ ਅਮਰੀਕਾ ਦਾ ਵਰਕ ਪਰਮਿਟ ਲੱਗ ਗਿਆ ਵਰਕ ਵੀਜ਼ਾ ਲਿਆ ਦੂਜਾ ਵੀਜ਼ਾ ਲਵਾ ਲਿਆ 6-8-10 ਮਹੀਨੇ ਉੱਥੇ ਰਹੇ ਹਾਂ ਆਪਾਂ ਔਰ ਮੁੰਡੇ ਨੇ $30,000 ਦਾ ਹਿਸਾਬ ਲਿਖ ਕੇ ਮੈਨੂੰ ਭੇਜਿਆ ਕਿ ਸਰ ਮੈਂ ਲੜਕੀ ਤੇ ਇੰਡੀਆ ਤੋਂ ਬੁਲਾਉਣ ਤੋਂ ਲੈ ਕੇ ਹੁਣ ਤੱਕ 8 ਮਹੀਨੇ 'ਚ $30,000 ਖਰਚੇ ਆ $30,000 ਠੀਕ ਹੈ ਜੀ $30,000 ਔਰ ਲੜਕੀ ਕਹਿ ਰਹੇ ਜੀ ਸਾਨੂੰ ਤੇ ਸਾਡੀ ਲੜਕੀ ਦੀ ਜ਼ਿੰਦਗੀ ਬਰਬਾਦ ਹੋ ਗਈ ਤੇ ਸਾਨੂੰ ਪਹਿਲਾਂ 1 ਕਰੋੜ ਰੁਪਏ ਮੰਗਦੇ ਸੀ ਹੁਣ 50 ਲੱਖ ਤੇ ਆਏ ਨੇ ਤੇ ਉੱਥੋਂ ਆਉਣ ਲੱਗਿਆ ਲੜਕੇ ਦਾ ਲੈਪਟਾਪ ਚੋਰੀ ਕਰਕੇ ਲਿਆਂਦੀ ਹੈ ਉਹਦੇ ਕਾਰ ਚੋਰੀ ਕਰਕੇ ਲਿਆਂਦੀ ਹੈ ਗਹਿਣਾ ਚੋਰੀ ਕਰਕੇ ਲਿਆਂਦੀ ਹੈ ਤੇ ਹੋਰ ਵੀ ਕੁਛ ਕੀਮਤੀ ਸਮਾਨ ਉਹਦਾ ਚੋਰੀ ਕਰਕੇ ਲਿਆਂਦੀ ਹੈ ਹੁਣ ਦੱਸ ਇੱਥੋਂ ਇਹ ਸਾਬਤ ਹੁੰਦਾ ਕਿ ਪ੍ਰੋਫਾਈਲ ਵੱਡਾ ਜਾਂ ਛੋਟਾ ਮੈਟਰ ਨਹੀਂ ਕਰਦਾ ਗਰੀਬ ਜਾਂ ਅਮੀਰ ਘਰਾਨਾ ਪ੍ਰੈਸ ਮੈਟਰ ਨਹੀਂ ਕਰਦਾ ਮਾਈਂਡ ਸੈਟ ਮੈਟਰ ਕਰਦਾ ਇਹੋ ਜਿਹੇ ਕੇਸ ਸਾਹਮਣੇ ਆ ਰਹੇ ਨੇ ਔਰ ਬਹੁਤ ਜਲਦੀ ਇਹੋ ਜਿਹੀ ਐਡਵਰਟਾਈਜ਼ਮੈਂਟ ਤੇ ਅਸੀਂ ਕੋਈ ਨਾ ਕੋਈ ਸਰਕਾਰ ਨੂੰ ਮਿਲ ਕੇ ਜਾਂ ਪੁਲਿਸ ਨਾਲ ਮਿਲ ਕੇ ਕੁਐਸਚਨ ਮਾਰਕ ਲਾਉਣ ਵਾਲੇ ਹਾਂ ਕੁਛ ਨਾ ਕੁਛ ਇਹਦੇ ਤੇ ਵੀ ਅਮੈਂਡਮੈਂਟਸ ਹੋਣਗੀਆਂ ਜੀ ਜਲਦੀ
ਮੱਲਨ ਸਾਹਿਬ ਵੈਸੇ ਤੁਹਾਡਾ ਮਾਈਂਡ ਕੀ ਕਹਿੰਦਾ ਕਿ ਇਹਦੇ ਸੱਚਾ ਕੌਣ ਹੈ ਝੂਠਾ ਕੌਣ ਹੈ ਕੀ ਸਟੱਡੀ ਕੀਤਾ ਹੁਣ ਤੱਕ ਤੁਸੀਂ ਦੇਖੋ ਜੀ ਜਿੱਥੋਂ ਤੱਕ ਮੈਂ ਸਾਰਾ ਕੇਸ ਸਟੱਡੀ ਕੀਤਾ ਲੜਕਾ ਬਿਲਕੁਲ ਠੀਕ ਹੈ ਔਰ ਲੜਕੀ ਵਾਲੇ ਔਰ ਲੜਕੀ ਗਲਤ ਹੈ ਨਹੀਂ ਲੜਕਾ ਜੇ ਬਿਲਕੁਲ ਠੀਕ ਹੈਗਾ ਬਿਲਕੁਲ ਤੁਸੀਂ ਸ਼ਬਦ ਵਰਤ ਰਹੇ ਹੋ ਅੱਗੇ ਫਿਰ ਚੰਗੇ ਭਲੇ ਲੜਕੇ ਨੂੰ ਲੜਕੀ ਕਿਉਂ ਛੱਡ ਦੇਗੀ ਸਰ ਆਪਣਾ ਵੀ ਕੋਈ ਲਾਲਚ ਉਹਦਾ ਹੋ ਸਕਦਾ ਉਹਦਾ ਲਾਲਚ ਇਹ ਹੁੰਦਾ ਕਿ ਮੇਰੇ ਮਾਂ ਪਿਓ ਨੂੰ ਵੀ ਅਮਰੀਕਾ ਸੈਟਲ ਕਰ ਦੇਖੋ ਸਰ ਸਿੰਪਲ ਜੀ ਗੱਲ ਹੈ ਚਾਹੇ ਸ਼ਾਦੀ ਹੋ ਜਾਏ ਪਰ ਫਿਰ ਵੀ ਸਾਲ ਸਾਲ ਤਿੰਨ ਸਾਲ ਆਪਸ ਚ ਆਦਤਾਂ ਮਿਲਾਉਣ ਲਈ ਚਾਹੀਦਾ ਜੀ ਇਹ ਤਾਂ ਹੈ ਜੀ ਔਰ ਸਾਡੇ ਘਰ ਚ ਵੀ ਕਿਸੇ ਦੀ ਲੜਕੀ ਆਈ ਹੈ ਉਹਨੂੰ ਆਪਣੇ ਸੱਸ ਨਾਲ ਪਿਆਰ ਪਾਉਣ ਨੂੰ ਟਾਈਮ ਚਾਹੀਦਾ ਸਹੁਰੇ ਪਰਿਵਾਰ ਨਾਲ ਪਿਆਰ ਪਾਉਣ ਨੂੰ ਟਾਈਮ ਲੱਗਦਾ ਨਾਲੇ ਕਹਿੰਦੇ ਨੇ ਜਿਹੜੇ ਘਰ ਦੇ ਵਿੱਚ ਜਿਹੜਾ ਪੇਕਾ ਘਰ ਹੈਗਾ ਉਸਦੀ ਜ਼ਿਆਦਾ ਦਖਲ ਅੰਦਾਜ਼ੀ ਹੋਵੇ ਤਾਂ ਘਰ ਛੇਤੀ ਬਣਦਾ ਨਹੀਂ ਹੈਗਾ ਅਤੇ ਪੇਕੇ ਘਰ ਨੂੰ ਵੀ ਦਖਲ ਅੰਦਾਜ਼ੀ ਘਰ ਘੱਟ ਕਰਨੀ ਚਾਹੀਦੀ ਹੈ ਕੁੜੀ ਦੇ ਘਰ ਦੇ ਵਿੱਚ ਸੋ ਤੁਹਾਨੂੰ ਲੱਗਦਾ ਕਿ ਵਾਕਈ ਇੱਕ ਇਹ ਵੀ ਮਜਬੂਰੀ ਬਣ ਚੁੱਕੀ ਹੈ ਕੇਸਾਂ ਦੀ ਕਿ ਜਿਹੜੇ ਪੇਕੇ ਘਰ ਹੁੰਦੇ ਨੇ ਉਹ ਤਾਂ ਜਦੋਂ ਜ਼ਿਆਦਾ ਦਖਲ ਹੁੰਦਾ ਦੂਜੇ ਘਰ ਦੇ ਵਿੱਚ ਅਤੇ ਇਸ ਕਰਕੇ ਵੀ ਘਰ ਟੁੱਟਦੇ ਨੇ ਭਾਜੀ 90% ਰੀਜ਼ਨ ਇਹੋ ਹੀ ਹੈ ਚੰਗੇ ਮਾਂ ਪਿਓ ਇਹ ਜ਼ਰੂਰ ਅਸੀਂ ਵੀ ਆਪਣੀਆਂ ਭੈਣਾਂ ਵੀ ਆਈਆਂ ਅਸੀਂ ਉਹਨਾਂ ਨੂੰ ਇੱਕੋ ਗੱਲ ਕਹਿੰਦੇ ਰਹੇ ਹਾਂ ਕਿ ਜੇ ਤੂੰ ਰੋਜ਼ ਮਾਂ ਨੂੰ ਫੋਨ ਕੀਤਾ ਤਾਂ ਸਾਡੇ ਤੋਂ ਬੁਰਾ ਕੋਈ ਨਹੀਂ ਤੇ ਮਾਂ ਨੂੰ ਇਹੋ ਸਮਝਾਇਆ ਕਿ ਤੂੰ ਵਾਰ ਵਾਰ ਫੋਨ ਨਹੀਂ ਕਰਨਾ ਹਾਂ ਤੈਨੂੰ ਜਿੱਦਣ 2 ਦਿਨ ਰਹਿ ਜਾਣ ਹੋ ਜਾਣਗੇ ਆਪਣੇ ਸਹੁਰੇ ਘਰ ਭੁੱਖੀ ਬੈਠੀ ਨੂੰ ਉਦਣ ਫੋਨ ਕਰੀ ਉਦਣ ਧੌਣ ਲਾਣੀ ਵੀ ਆਉਂਦੀ ਜਿੱਦਣ ਤੱਕ 24 ਘੰਟੇ ਪੂਰੇ ਬੀਤ ਜਾਣਗੇ ਨਾ 24 ਜਾਂ 48 ਘੰਟੇ ਵੀ ਤੈਨੂੰ ਰੋਟੀ ਨਹੀਂ ਮਿਲੀ ਉਸ ਘਰ ਚ ਬਾਕੀ ਤੁਹਾਡੀਆਂ ਲੱਖ ਲੜਾਈਆਂ ਹੋਣ ਤੇ ਸਾਡੇ ਘਰ ਦੇ ਸਕੂਲ ਅਸੀਂ ਕਿਹਾ ਵੀ ਕਦੀ ਇਕੱਲਿਆਂ ਪੇਕੇ ਨਹੀਂ ਆਉਣਾ ਨਹੀਂ ਮੱਲਨ ਸਾਹਿਬ ਰੋਟੀ ਖਾਲੀ ਮਸਲਾ ਤਾਂ ਨਹੀਂ ਲੇਕਿਨ ਪਿਆਰ ਵੀ ਤਾਂ ਉਸ ਲੜਕੀ ਨੂੰ ਮਿਲਣਾ ਚਾਹੀਦਾ ਜਿਹੜਾ ਘਰ ਪਰਿਵਾਰ ਆਪਣਾ ਛੱਡ ਕੇ ਆਉਂਦੀ ਹੈ ਦੂਜੇ ਪਰਿਵਾਰ ਨੂੰ ਜਾਂਦੀ ਹੈ ਖਾਲੀ ਰੋਟੀ ਲਈ ਤਾਂ ਨਹੀਂ ਆਉਂਦੀ ਰੋਟੀ ਤਾਂ ਉਸਨੂੰ ਆਪਣੇ ਘਰ ਵਿੱਚ ਵੀ ਮਿਲਦੀ ਹੈ ਸਰ ਇਹਦੇ 'ਚ ਮੇਰਾ ਬੜਾ ਸਿੰਪਲ ਮਤਲਬ ਪਰਿਵਾਰਿਕ ਗੱਲਾਂ ਕਰ ਰਿਹਾ ਮੈਂ ਕਾਨੂੰਨੀ ਗੱਲਾਂ ਨਹੀਂ ਆਪਸ਼ਨ ਇਜ਼ ਦਾ ਰੀਜ਼ਨ ਆਫ ਡਿਵੋਰਸ ਮਤਲਬ ਤੁਸੀਂ ਤੇ ਮੈਂ ਦੋਵੇਂ ਭਰਾ ਇਕੱਠੇ ਰਹਿ ਰਹੇ ਹਾਂ ਨਾ ਮੇਰੇ ਕੋਲ ਤੀਜੇ ਬੰਦੇ ਦੀ ਆਪਸ਼ਨ ਨਹੀਂ ਹੈਗੀ ਤੇ ਮੈਨੂੰ ਅਮਨ ਭਰਾ ਮੈਨੂੰ ਬਹੁਤ ਚੰਗਾ ਲੱਗਦਾ ਰਹੇਗਾ ਔਰ ਮੇਰੇ ਕੁਐਸਚਨ ਮਾਰਕ ਲੱਗਾ ਰਹੇਗਾ ਕਿ ਨਹੀਂ ਮੈਂ ਵੀ ਇਹਦੇ ਨਾਲ ਬਣਾ ਕੇ ਰੱਖਣੀ ਹੈ ਕਿਉਂਕਿ ਮੈਂ ਅਗਲੀ ਜ਼ਿੰਦਗੀ ਆਪਣੇ ਭਰਾ ਨਾਲ ਕੱਟਣੀ ਹੈ ਪਰ ਜਦੋਂ ਕੋਈ ਹੋਰ ਯਾਰ ਦੋਸਤ ਮੈਨੂੰ ਗਲਤ ਆਪਸ਼ਨਾਂ ਸੁਣਾਏਗਾ ਜਾਂ ਗਲਤ ਪ੍ਰਭਾਵ ਦੇਵੇਗਾ ਤੇ ਡੈਫੀਨੇਟਲੀ ਮੈਨੂੰ ਅਮਨ ਭਰਾ ਦੀਆਂ ਗਲਤੀਆਂ ਜ਼ਿਆਦਾ ਦਿਖਣਗੀਆਂ ਚੰਗਿਆਈਆਂ ਆਫਟਰ ਆਲ ਭਾਜੀ ਜਿਹੜਾ ਮੁੰਡਾ ਕਿਸੇ ਲੜਕੀ ਨੂੰ ਵਿਆਹ ਕੇ ਘਰ ਮੱਲਨ ਸਾਹਿਬ ਸਾਡੇ ਨਾਲ ਦਰਸ਼ਕ ਜੁੜ ਚੁੱਕੇ ਨੇ ਗੱਲ ਕਰ ਰਹੇ ਹਾਂ ਉਹਨਾਂ ਨਾਲ ਜੀ ਸਰ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਲਾਈਵ ਪ੍ਰੋਗਰਾਮ ਤੁਹਾਡਾ ਸਵਾਗਤ ਹੈ ਹਾਂਜੀ ਹਾਂਜੀ ਸਰਜੀ ਆ ਤੁਹਾਡਾ ਪ੍ਰੋਗਰਾਮ ਦੇਖਦੇ ਆ ਕੈਨੇਡਾ ਤੋਂ ਆਪਾਂ ਵਕੀਲ ਸਾਹਿਬ ਦਾ ਹਾਂਜੀ ਹਾਂਜੀ ਇਹਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਬਈ ਤੰਦ ਨਹੀਂ ਹੋ ਗਈ ਤਾਂ ਨਹੀਂ ਹੋ ਜੀ ਸਹੀ ਹੈ ਦੁਨੀਆਂ ਦੀ ਇਹਨੂੰ ਅਸੀਂ ਕਿੱਥੇ ਕਰਾਂਗੇ ਹੈਲੋ ਹਾਂਜੀ ਹਾਂਜੀ ਦੁਬਾਰਾ ਇੱਕ ਸਵਾਲ ਰਿਪੀਟ ਕਰ ਦਿਓ ਆਪਣਾ ਤੁਸੀਂ ਟੀਵੀ ਸੈੱਟ ਦੀ ਆਵਾਜ਼ ਬੰਦ ਕਰਕੇ ਸਾਡੇ ਨਾਲ ਗੱਲ ਕਰੋ ਜੀ ਭਾਜੀ ਕਹਿੰਦੇ ਨੇ ਵੀ ਪਾਣਾ ਦੋਵੇਂ ਉਲਝੇ ਹੋਏ ਨੇ ਕਰਦਾਂ ਆਵਾਜ਼ ਬੰਦ ਮੈਂ ਕੈਨੇਡਾ ਤੋਂ ਬੋਲਦਾ ਜਗਜੀਤ ਸਿੰਘ ਹਾਂਜੀ ਜਗਜੀਤ ਸਿੰਘ ਜੀ ਹੁਣ ਦੱਸੋ ਕੀ ਕਰ ਰਹੇ ਸੀ ਮਤਲਬ ਕੀ ਹਾਂਜੀ ਵਕੀਲ ਸਾਹਿਬ ਕਹਿੰਦੇ ਆ ਨਾ ਬਈ ਜਿਹੜਾ ਕੁੜੀਆਂ ਦਾ ਇਸ ਤਰ੍ਹਾਂ ਹੈਗਾ ਬਈ ਕੁੜੀਆਂ ਕਸੂਰਵਾਰ ਆ ਇਹਦੇ ਵਿੱਚ ਮੁੰਡੇ ਵੀ ਕਸੂਰਵਾਰ ਆ ਪਰ ਲਾਲਚ ਦੇ ਜਿਹੜੇ ਤਾਣੀ ਦੀ ਮੁੰਡੇ ਵੀ ਹੱਥੇ ਲੈਂਦੇ ਆ ਉਧਰ ਕਹਿਣਾ ਚਾਹੁੰਦਾ ਜੀ ਠੀਕ ਹੈ ਜੀ ਸੋ ਚਰਚਾ ਕਰਦੇ ਹਾਂ ਮੱਲਨ ਸਾਹਿਬ ਨਾਲ ਸ਼ੁਕਰੀਆ ਗੱਲ ਕਰਨੀ ਤੁਹਾਡਾ ਜੀ ਹਾਂਜੀ ਮੱਲਨ ਸਾਹਿਬ ਵੀਰ ਜੀ ਨੇ ਬਿਲਕੁਲ ਭਾਜੀ ਨੇ ਬਿਲਕੁਲ ਠੀਕ ਗੱਲ ਕੀਤੀ ਹੈ ਵੀ ਤਾਣਾ ਤੇ ਬਾਣਾ ਦੋਵੇਂ ਉਲਝੇ ਨੇ ਮੈਂ ਇਹ ਨਹੀਂ ਕਹਿੰਦਾ ਵੀ ਹਰ ਵੇਲੇ ਕੁੜੀਆਂ ਗਲਤ ਨੇ ਮੈਂ ਇਹ ਨਹੀਂ ਕਹਿੰਦਾ ਹਰ ਵੇਲੇ ਮੁੰਡੇ ਗਲਤ ਨੇ ਬਿਲਕੁਲ ਜੀ ਇਹ ਦੇਖੋ ਇਹ ਆਪਸੀ ਤਾਲਮੇਲ ਬਣਾਉਣਾ ਹੀ ਪੈਂਦਾ ਇੱਕ ਸ਼ੇਅਰ ਹੈਗਾ ਨਾ ਹਰ ਕਿਸੇ ਕੋ ਮੁਕੰਮਲ ਜਹਾਂ ਨਹੀਂ ਮਿਲਦਾ ਕਭੀ ਧਰਤੀ ਔਰ ਕਭੀ ਆਸਮਾਂ ਨਹੀਂ ਮਿਲਦਾ ਤੁਸੀਂ ਆਪਣੇ ਵਰਗਾ ਦੇਖੋ ਪਰਮਾਤਮਾ ਨੇ ਤੁਹਾਨੂੰ ਪੈਦਾ ਕਰਨ ਲੱਗਿਆ ਕੰਨ ਤੇ ਫੂਕ ਮਾਰੀ ਹੋਈ ਹੈ ਜਾਂ ਤੇਰੇ ਵਰਗਾ ਕੋਈ ਨਹੀਂ ਅਸੀਂ ਉਸ ਗਲਤ ਫਹਿਮੀ ਚ ਜੀਨੇ ਆ
ਤੇ ਡੈਫੀਨੇਟਲੀ ਤੁਹਾਨੂੰ ਤੁਹਾਡੇ ਵਰਗਾ ਕੋਈ ਵੀ ਨਹੀਂ ਮਿਲਣਾ। ਬਿਲਕੁਲ ਜੀ, ਤੁਹਾਡਾ ਭੈਣ ਵੀ ਤੁਹਾਡੇ ਵਰਗੀ ਨਹੀਂ ਮਿਲਣੀ, ਤੁਹਾਡਾ ਭਰਾ ਤੁਹਾਡੇ ਵਰਗਾ ਨਹੀਂ ਮਿਲਣਾ, ਤੁਹਾਡੇ ਮਾਂ-ਬਾਪ ਦੀ ਆਤਮਾ ਤੁਹਾਡੇ ਨਾਲ 100% ਨਹੀਂ ਮਿਲਣੀਆਂ ਜਿਨ੍ਹਾਂ ਨੇ ਤੁਹਾਨੂੰ ਪੈਦਾ ਕੀਤਾ ਹੈ। ਤੇ ਜਿਹੜੀ ਤੁਹਾਡੀ ਸਪਾਊਸ ਹੈ ਜਾਂ ਜਿਹੜਾ ਤੁਹਾਡਾ ਸਪਾਊਸ ਹੈ, ਡੈਫੀਨੇਟਲੀ ਉਹਦੀਆਂ ਆਦਤਾਂ ਵੀ ਤੁਹਾਡੇ ਨਾਲ ਨਹੀਂ ਰਹਿੰਦੀਆਂ। ਇਹ ਜ਼ਿੰਦਗੀ ਐਡਜਸਟਮੈਂਟ ਦੀ ਹੀ ਹੈ। ਤੁਹਾਨੂੰ ਕੁਛ ਛੱਡਣੀਆਂ ਪੈਣਗੀਆਂ, ਉਹਨਾਂ ਨੂੰ ਵੀ ਛੱਡਣੀਆਂ ਪੈਣਗੀਆਂ, ਕੁਛ ਤੁਹਾਡੀਆਂ ਉਹਨਾਂ ਨੂੰ ਮਨਜ਼ੂਰ ਕਰਨੀਆਂ ਪੈਣਗੀਆਂ, ਕੁਛ ਤੁਸੀਂ ਉਹਨਾਂ ਦੀਆਂ ਮਨਜ਼ੂਰ, ਤੇ ਰਲ ਮਿਲ ਕੇ ਧੀਰੇ ਧੀਰੇ ਪਿਆਰ ਪੈ ਹੀ ਜਾਏਗਾ। ਜੀ ਜੀ ਜੀ, ਵਿਆਹ ਕਰੋ ਤੇ ਪਿਆਰ ਕਰ ਲਓ ਤੇ ਲਵ ਜ਼ਿਆਦਾ ਵਧੀਆ ਚੱਲਦੀ ਹੈ। ਜ਼ਰੂਰੀ ਨਹੀਂ ਕਿ ਹਰ ਵੇਲੇ ਲੜਾਈ ਝਗੜਾ, ਹਰ ਵੇਲੇ ਉਹ ਚੀਜ਼ਾਂ, ਠੀਕ ਹੈ ਕਈ ਚੀਜ਼ਾਂ ਨਹੀਂ ਪਸੰਦ, ਇਗਨੋਰ ਕਰਨਾ ਵੀ ਸਿੱਖੋ, ਕਿਉਂਕਿ ਪਹਿਲਾਂ ਮਨ 'ਚ ਇਹ ਇੱਛਾ ਰੱਖੋ ਕਿ ਇਹਦੇ ਬਿਨਾਂ ਮੇਰੀ ਜ਼ਿੰਦਗੀ ਨਹੀਂ। ਬਿਲਕੁਲ ਜੀ, ਉਹ ਚਾਹੇ ਤੁਹਾਡਾ ਫਰਿੱਜ ਹੈ, ਚਾਹੇ ਤੁਹਾਡਾ ਸਕੂਟਰ ਹੈ, ਚਾਹੇ ਤੁਹਾਡੀ ਕੋਈ ਜੀਵ ਜੰਤੂ ਹੈ, ਤੁਹਾਡੀ ਵਾਈਫ ਹੈ, ਤੁਹਾਡਾ ਬੱਚਾ ਹੈ, ਜਦੋਂ ਤੁਸੀਂ ਸੋਚੋਗੇ ਨਾ ਵੀ ਤੇਰੇ ਬਿਨਾਂ ਮੇਰਾ ਬਹੁਤ ਕੁਛ ਹੈ, ਉਦਣ ਤੁਹਾਡਾ ਮਨ ਖੱਟਾ ਹੋਏਗਾ, ਉਦਣ ਤੁਸੀਂ ਉਸ ਬੰਦੇ ਨੂੰ ਛੱਡਣ ਦਾ ਸੋਚੋਗੇ। ਆਪਣੇ ਮਨ 'ਚ ਸਿਰਫ ਇੱਕੋ ਧਾਰਨਾ ਰੱਖੋ ਕਿ ਅਮਨ ਮੋਹਨ ਵਰਗਾ ਭਰਾ ਮੈਨੂੰ ਜ਼ਿੰਦਗੀ 'ਚ ਨਹੀਂ ਮਿਲ ਸਕਦਾ, ਤੇ ਜ਼ਿੰਦਗੀ 'ਚ ਮੈਂ 100 ਕਮੀਆਂ ਉਹਦੀਆਂ ਵੇਖ ਕੇ ਵੀ ਮੈਨੂੰ ਉਹ ਚੰਗਾ ਹੀ ਲੱਗਦਾ ਰਹੇਗਾ। ਜਾਂ ਤੁਸੀਂ ਇਹ ਕਿ ਸੁਨੀਲ ਭਰਾ ਵਰਗਾ ਵੀ ਭਰਾ ਨਹੀਂ ਮੈਨੂੰ ਮਿਲਣਾ। ਬਿਲਕੁਲ, ਇਹ ਰਿਐਲਿਟੀ ਹੈ। ਇੱਕ ਦੂਜੇ ਨੂੰ ਸਮਝਣ ਦੀ ਲੋੜ ਹੈਗੀ ਹੈ, ਇੱਕ ਦੂਜੇ ਨਾਲ ਪਿਆਰ ਵਧਾਉਣ ਦੀ ਲੋੜ ਹੈਗੀ ਹੈ। ਪਹੁੰਚੇ ਮੈਨੂੰ ਜੈਕਟ ਪਾਈ, ਮੈਂ ਕਿਹਾ ਭਰਾ ਦੀ ਜੱਫੀ ਇੱਕ ਹਫ਼ਤਾ ਪਾਈ ਰੱਖੀ ਮੈਂ, ਉਹਦੇ 'ਚ ਦੇਖੋ ਲਾੜ ਸੀ। ਦੂਜੇ ਪਾਸੇ ਮੈਂ ਤੁਹਾਨੂੰ ਪੁੱਛਿਆ ਪੀਜੀਆਈ 'ਚ ਕੋਈ ਆਪਣਾ ਵਾਕਫ ਹੈ, ਤੁਸੀਂ ਨਾ ਦਿੱਤੀ, ਤੁਸੀਂ ਕਿਹਾ ਚਲੋ ਮੈਂ ਲੱਭਦਾ। ਹੁਣ ਜੇ ਮੈਂ ਪੀਜੀਆਈ ਵਾਲੀ ਗੱਲ ਨੂੰ ਦਿਲ ਤੇ ਲਾ ਲਵਾਂ ਤੇ ਮੈਨੂੰ ਤੇ ਤੁਹਾਡੇ ਤੋਂ ਭੈੜਾ ਦੁਸ਼ਮਣੀ ਕੋਈ ਨਹੀਂ ਦਿਖੇਗਾ, ਕਿਉਂਕਿ ਮੇਰੀ ਭੈਣ ਕੈਂਸਰ ਪੇਸ਼ੈਂਟ ਉੱਥੇ ਆਈ, ਮੈਨੂੰ ਮਦਦ ਨਹੀਂ ਦਿੱਤੀ, ਪਰ ਮੈਨੂੰ ਤੇ ਉਹੀ ਪਿਆਰ ਚੇਤੇ ਆਈ ਜਾਂਦਾ ਨਾ ਕਿ ਮੈਂ ਸੜਕ ਤੇ ਬੈਠਾ, ਮੈਨੂੰ ਭਰਾ ਨੇ ਜੈਕਟ ਪਵਾਈ ਜ਼ਬਰਦਸਤੀ, ਨਹੀਂ ਠੰਡ ਲੱਗ ਜਾਏਗੀ ਪਾ, ਤੇ ਮੈਂ ਜੋ ਪਿਆਰ ਦੀ ਗੱਲਾਂ ਯਾਦ ਕਰਾਂਗਾ ਤੇ ਡੈਫੀਨੇਟਲੀ ਮੇਰਾ ਪਿਆਰ ਵਧੀ ਜਾਣਾ, ਮੇਰਾ ਮਨ ਵੀ ਭਰਨਾ, ਮੇਰਾ ਜੀ ਵੀ ਕਰਨਾ ਭਰਾ ਨੂੰ ਮਿਲਣਾ। ਨਿਰਮਲਨ ਸਾਹਿਬ ਬੜੀ ਵਧੀਆ ਤੁਸੀਂ ਉਦਾਹਰਣਾਂ ਦਿੱਤੀਆਂ, ਪਿਆਰ ਇਸੇ ਤਰ੍ਹਾਂ ਹੀ ਬਣਿਆ ਰਹਿਣਾ ਚਾਹੀਦਾ। ਦੁਨੀਆ ਦਾ ਵੀ ਬਹੁਤ ਸਾਰੇ ਮਸਲੇ ਜਿਹੜੇ ਹੈਗੇ ਨੇ ਉਹ ਮਿਲ ਬੈਠ ਕੇ ਹੀ ਮਸਲੇ ਹੱਲ ਹੋ ਜਾਂਦੇ ਨੇ, ਅਦਾਲਤਾਂ ਦੇ ਗੇੜੇ ਨਹੀਂ ਵੀ ਲਾਉਣੇ ਪੈਂਦੇ, ਤੇ ਜੇ ਲੋਕ ਚਾਹੁਣ ਤਾਂ। ਪਰ ਇਹਦੇ ਲਈ ਇੱਛਾ ਸ਼ਕਤੀ ਬੜੀ ਜ਼ਰੂਰੀ ਹੈਗੀ ਹੈ ਮੈਨੂੰ ਲੱਗਦਾ। ਤੇ ਮੱਲਣ ਸਾਹਿਬ ਆਪਾਂ ਨੂੰ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਜਾਂਦੇ ਜਾਂਦੇ ਕੋਈ ਸਲਾਹ ਦੇਣਾ ਚਾਹੋਗੇ? ਦੇਖੋ ਪਿਆਰ ਤੋਂ ਵੱਡੀ ਛੁਰੀ ਕੋਈ ਨਹੀਂ, ਪਿਆਰ ਤੋਂ ਵੱਡੀ ਤਾਕਤ ਕੋਈ ਨਹੀਂ, ਤੇ ਪਿਆਰ ਤੋਂ ਵੱਡੀ ਕਮਜ਼ੋਰੀ ਕੋਈ ਨਹੀਂ। ਬਸ ਇਹਦੀ ਗੰਢ, ਇਹਦੀ ਗੰਢ ਬੰਨ ਲਓ। ਜੇ ਇਹ ਚੀਜ਼ ਬਣ ਲਈ, ਔਰ ਜਦੋਂ ਕਹਿੰਦੇ ਨਾ ਪੰਜਾਬੀ 'ਚ, ਮੈਂ ਕਹਿੰਦਾ ਯਾਰ ਵੀ ਸਾਡਾ ਤੇ ਉਹਦੇ ਐਬ ਵੀ ਸਾਡੇ। ਉਹ ਯਾਰ ਰੱਬ ਵੀ ਹੋ ਸਕਦਾ, ਉਹ ਯਾਰ ਬੰਦਾ ਵੀ ਹੋ ਸਕਦਾ, ਉਹ ਲੜਕੀ ਵੀ ਹੋ ਸਕਦੀ ਹੈ, ਤੇ ਯਾਰ ਵੀ ਸਾਡੇ, ਯਾਰ ਦੇ ਐਬ ਵੀ ਸਾਡੇ। ਜੇ ਜੇ ਉਹਦੇ ਅਵਗੁਣ ਨੂੰ ਪਸੰਦ ਕਰ ਲਓ ਤੇ ਉਹਦੇ ਵਰਗਾ ਤੁਹਾਨੂੰ ਹੀਰਾ ਜ਼ਿੰਦਗੀ 'ਚ ਨਹੀਂ ਲੱਭਣਾ, ਔਰ ਉਹਦੇ ਗੁਣ ਕਰਕੇ ਉਹਨੂੰ ਪਿਆਰ ਕਰਦੇ ਹੋ ਜੋ ਤੇ ਜ਼ਿੰਦਗੀ। ਜੀ ਜੀ ਜੀ, ਸੋ ਮੇਰੀ ਭੈਣ ਭਰਾਵਾਂ ਅੱਗੇ ਇੱਕੋ ਬੇਨਤੀ ਹੈ ਕਿ ਸੁੱਖ ਸ਼ਾਂਤੀ ਨਾਲ ਰਹੋ, ਪਿਆਰ ਨਾਲ ਰਹੋ, ਇੱਕ ਦੂਜੇ ਦੀ ਕਦਰ ਕਰੋ, ਤੇ ਛੋਟੀ ਜਿਹੀ ਜ਼ਿੰਦਗੀ ਆ, ਹੱਸ ਖੇਡ ਕੇ ਖੜ ਜਾਓ, ਭੀੜ ਚੋਂ ਨਿਕਲ ਜਾਓ, ਜਿੰਨਾ ਹੋ ਸਕਦਾ ਪਰੇਸ਼ਾਨੀ ਨੂੰ ਇਗਨੋਰ ਕਰੋ। ਮੈਂ ਵਕੀਲ ਹੋਣ ਦੇ ਨਾਤੇ ਵੀ ਮੈਂ ਛੇਤੀ ਕਿਤੇ ਥਾਣੇ ਕਚਹਿਰੀ ਨਹੀਂ ਜਾ ਕੇ ਰਾਜੀ, ਪਰ ਜਦੋਂ ਸਿਰੋਂ ਚੱਪੇ ਤੇ ਫਿਰ ਉਸ ਤੋਂ ਇਲਾਵਾ ਹੱਲ ਵੀ ਕੋਈ ਨੀ, ਕਰਨਾ ਹੀ ਪੈਣਾ, ਪਰ ਫਿਰ ਵੀ ਰਸਤਾ ਲੱਭੋ। ਮੋਹਨ ਭਾਜੀ, ਯਾਰ ਦੋਸਤ ਤੁਹਾਨੂੰ ਸਾਰਿਆਂ ਨੂੰ ਮਿਲੇ, ਮੈਨੂੰ ਤੇ ਮਿਲਿਆ, ਮੈਂ ਛੱਡਣਾ ਤੇ ਹੈ ਨੀ, ਤੇ ਇਹੋ ਮੇਰੀ ਦੁਆ ਹੈ। ਠੀਕ ਹੈ, ਤੁਹਾਡੇ ਵਰਗਾ ਭਰਾ ਤੇ ਜ਼ਿੰਦਗੀ ਆਪੇ ਹੀ ਹਸੀਨ ਬਣ ਜਾਂਦੀ। ਸੋ ਮੱਲਣ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਕੀਮਤੀ ਸਮਾਂ ਕੱਢਿਆ, ਬਹੁਤ ਸਾਰੀਆਂ ਗੱਲਾਂ ਉੱਤੇ ਚਾਨਣਾ ਪਾਇਆ, ਸਾਡੇ ਦਰਸ਼ਕਾਂ ਨੂੰ ਚੰਗੀ ਵਡਮੁੱਲੀ ਜਾਣਕਾਰੀ ਦਿੱਤੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਹਾਡਾ ਸਾਰਿਆਂ ਦਾ ਵੀ ਤੇ ਸਰੋਤਿਆਂ ਦਾ ਵੀ, ਹਰ ਹਫ਼ਤੇ ਆਪਾਂ ਮਿਲਦੇ ਰਹਾਂਗੇ ਜੀ, ਕੋਈ ਮੇਰੇ ਲਾਇਕ ਸੇਵਾ ਹੋਵੇ ਤੁਹਾਡਾ ਭਰਾ ਇੰਡੀਆ ਠੀਕ ਥਾਂ ਤੇ ਖੜਾ ਹੋ ਜਾਵੇ। ਧੰਨਵਾਦ ਜੀ, ਸ਼ੁਕਰੀਆ। ਐਸੋਸੀਏਸ਼ਨ ਸੀਨੀਅਰ ਐਡਵੋਕੇਟ ਸੁਨੀਲ ਮੱਲਣ ਜੀ, ਜਿਨ੍ਹਾਂ ਨੇ ਬੜੀ ਵਧੀਆ ਜਾਣਕਾਰੀ ਦਿੱਤੀ। ਜੇ ਤੁਸੀਂ ਦੇਸ਼ ਵਿੱਚ ਬੈਠੇ ਹੋ ਜਾਂ ਵਿਦੇਸ਼ਾਂ ਵਿੱਚ ਬੈਠੇ ਹੋ, ਕਿਸੇ ਵੀ ਕਾਨੂੰਨੀ ਮਸਲੇ ਬਾਰੇ ਕੋਈ ਸਲਾਹ ਲੈਣਾ ਚਾਹੁੰਦੇ ਹੋ ਤਾਂ ਸਕਰੀਨ ਦੇ ਉੱਤੇ ਉਹਨਾਂ ਦੇ ਨੰਬਰ ਵੀ ਚੱਲ ਰਹੇ ਸੀ ਤਸਵੀਰ ਦੇ ਹੇਠਾਂ, ਤੁਸੀਂ ਉੱਥੇ ਕਾਲ ਕਰਕੇ ਉਹਨਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ। ਸ਼ੁੱਕਰਵਾਰ ਦੇ ਦਿਨ ਭਾਰਤੀ ਸਮੇਂ ਮੁਤਾਬਕ ਸ਼ਾਮ 7:30 ਵਜੇ ਪ੍ਰੋਗਰਾਮ ਹੈਲੋ ਪੰਜਾਬ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਸੀਨੀਅਰ ਐਡਵੋਕੇਟ ਸੁਨੀਲ ਮੱਲਣ ਜੀ। ਸੋ ਪ੍ਰੋਗਰਾਮ ਤੁਸੀਂ ਸਾਡਾ ਲਾਈਵ ਦੇਖਦੇ ਹੁੰਦੇ ਹੋ ਕੇਬਲ ਨੈਟਵਰਕ ਦੇ ਨਾਲ ਨਾਲ ਸੋਸ਼ਲ ਮੀਡੀਆ ਉੱਤੇ ਵੀ, ਹਮਦਰਦ ਮੀਡੀਆ ਗਰੁੱਪ ਨਾਂ ਦਾ ਸਾਡਾ ਫੇਸਬੁੱਕ ਪੇਜ ਹੈ ਅਤੇ ਹਮਦਰਦ ਟੀਵੀ ਯੂਟਿਊਬ ਚੈਨਲ ਹੈ। ਇਹ ਪ੍ਰੋਗਰਾਮ ਉੱਥੇ ਵੀ ਚੱਲ ਰਿਹਾ ਸੀ, ਬਾਈ ਚਾਂਸ ਤੁਸੀਂ ਕੋਈ ਵੀ ਨੰਬਰ ਰਹਿ ਕੇ ਹੁੰਦਾ ਲਿਖਣਾ ਤਾਂ ਤੁਸੀਂ ਉੱਥੇ ਵੀ ਦੁਬਾਰਾ ਪ੍ਰੋਗਰਾਮ ਰਿਵਰਸ ਫਾਰਵਰਡ ਕਰਕੇ ਦੇਖ ਸਕਦੇ ਹੋ। ਸੋ ਹੁਣ ਮੈਨੂੰ ਅਮਨ ਮੋਹਨ ਮੋਜਾਲ ਨੂੰ ਦੋ ਇਜਾਜ਼ਤ, ਅਤੇ ਤੁਸੀਂ ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।